ਜਿਆਦਾ ਮੂੰਹ ਨੱਟ ਮੱਖੀਆਂ ਪੈ ਜਾਣਗੀਆਂ। ਇਹ ਮੱਖੀ ਤੇ ਪੈ ਵੀ ਜਾਵੇ ਕੋਈ ਨੀ, ਮੈਂ ਲੰਘਾ ਜਾਣੀ ਹੈ। ਐ ਕਿਵੇਂ ਲੰਘਾ ਜਾਏਗਾ, ਅੱਜ ਮੇਰੀ ਵਾਰੀ ਹੈ। ਵਾਰੀ ਨੂੰ ਸਾਲਿਆ ਲੁੱਡੋ ਖੇਡਦੇ ਪਏ ਓਏ। ਆ ਗਈ ਆ ਗਈ, ਬਕਵਾਸ ਨਾ ਕਰ, ਆ ਗਈ ਆ ਗਈ ਆ ਗਈ। ਲੱਗਦਾ ਮੈਨੂੰ ਪ੍ਰਪੋਜ਼ ਕਰਨ ਆ ਰਹੀ ਹੈ, ਵੇਖਦੇ ਹਾਂ। ਹਾਈ ਗਾਇਸ, ਸਤਿ ਸ਼੍ਰੀ ਅਕਾਲ ਜੀ, ਹਾਊ ਇਜ਼ ਇਟ ਗੋਇੰਗ? ਗੁੱਡ ਆਫਟਰਨੂਨ ਜੀ। ਐ ਨਾ ਖੜੋ ਜੀ, ਮੇਰੇ ਤਾਂ ਦੰਦਲ ਪੈਣ ਵਾਲੀ ਹੋਈ ਪਈ ਹੈ ਜੀ। ਵਾਟ ਮਤਲਬ ਜੀ? ਸ਼ਹਿਰੀ ਯਾਦ ਆ ਗਈ ਜੀ ਤੁਹਾਨੂੰ ਦੇਖ ਕੇ। ਐ ਹੁਸਨ ਵਾਲੇ, ਤੇਰਾ ਵੀ ਜਵਾਬ ਨਹੀਂ। Such idiots. ਵਧੀਆ ਨਹੀਂ ਲੱਗੀ ਜੀ? ਇਡੀਅਟਸ ਨਹੀਂ ਜੀ, ਸਿੰਗਲ ਇਡੀਅਟ, ਮੈਂ ਤਾਂ ਬੋਲਿਆ ਕੁਛ ਨਹੀਂ। ਹੁਸਨ ਵਾਲੇ ਤੇਰਾ ਜਵਾਬ ਨਹੀਂ, ਕਿੰਨੀਆਂ ਤੋਂ ਚਿੱਤਰ ਖਾ ਦੇ ਹਿਸਾਬ ਨਹੀਂ। ਇਹ ਚਿੱਤਰਾਂ ਚੁੱਤਰਾਂ ਦਾ ਕੋਈ ਨਹੀਂ ਮੈਨੂੰ, ਮੈਨੂੰ ਤਾਂ ਬਸ ਏਦਾਂ ਟੱਚ ਫੀਲਿੰਗ ਆਉਂਦੀ ਹੈ ਜਦੋਂ ਕੋਈ ਕੁੜੀ ਥੱਪੜ ਮਾਰ ਕੇ ਜਾਂਦੀ ਹੈ। ਏਦਾਂ ਦਾ ਫੀਲ ਤਾਂ ਫਿਰ ਤਿੰਨ ਤਿੰਨ ਮਿੰਟ ਬਾਅਦ ਲਿਆ ਕਰ, ਕਾਲਜ ਦੀਆਂ 500 ਕੁੜੀਆਂ ਤੇਰੇ ਪਿੱਛੇ ਹੱਥਾਂ ਨੂੰ ਥੁੱਕ ਲਾਈ ਫਿਰਦੀਆਂ। ਅੱਛਾ, ਜਾਣਦਾ ਮੈਂ ਤੈਨੂੰ ਵੀ ਵੱਡੇ ਰਾਂਝੇ ਨੂੰ, ਤੇਰੇ ਮਗਰ ਤਾਂ ਜਾਣੀ ਬਹੁਤ ਜਾਣੀਆਂ ਮੰਗਲ ਸੂਤਰ ਚੱਕੀ ਫਿਰਦੀਆਂ ਨਾ, ਸੂਤਰ ਤੇਰਾ ਹੁਣ ਤੱਕ ਵੀ ਨਹੀਂ ਆਇਆ। ਓਏ ਮੈਂ ਗੱਲ ਸੁਣਾ, ਮੇਰੇ ਕੋਲ ਮੈਂ ਡੇਲੇ ਬਾਹਰ ਕੱਢ ਦੇਣੇ ਤੇਰੇ ਕੋਲ, ਓ ਮੇਰੇ ਕੋਲ ਬੇਇੱਜ਼ਤੀ ਨਾ ਕਰਾਣੀ, ਤੈਨੂੰ ਮੈਂ ਦੱਸਤਾ ਹੀ। ਓ ਮੈਨੂੰ ਬੇਇੱਜ਼ਤੀ ਦਾ ਕੋਈ ਫਰਕ ਨਹੀਂ ਪੈਣਾ, ਪਰ ਜਿੱਦੇ ਮੈਂ ਤੇਰੀ ਕਰਦੀ ਤੇਰਾ ਕੱਖ ਨਹੀਂ ਰਹਿਣਾ। ਬੜਾ ਚੱਲ ਯਾਰ, ਜਿਹੜਾ ਜ਼ੋਰ ਲੱਗਦਾ ਤੇਥੋਂ ਲਾ ਲਈ, ਹੁਣ ਜ਼ਮੀਨ ਨਹੀਂ ਮੋੜਦਾ ਮੈਂ ਤੈਨੂੰ। ਅੰਦਰੋਂ ਦਿਲ ਤਾਂ ਮੰਨਦਾ ਨਾ ਤੇਰਾ ਵੀ ਜ਼ਮੀਨ ਮੇਰੀ ਸੀ। ਓਏ ਤੇਰਾ ਜ਼ਮੀਨ ਤੇ ਨਾ ਲਿਖਿਆ ਨਾ, ਤੇਰਾ ਵੀ ਨਹੀਂ ਲਿਖਿਆ, ਪਰ ਤੂੰ ਧੱਕਾ ਕਰ ਗਿਆ ਮੇਰੇ ਨਾਲ। ਓਏ ਤੂੰ ਤਾਂ ਐਂ ਕਰਦਾ ਜਿਵੇਂ ਮੈਂ ਤੈਨੂੰ ਕੇਸ 'ਚ ਨਹੀਂ, ਜੂਏ 'ਚ ਜਿੱਤੇ ਹੋਵਾਂ ਜ਼ਮੀਨ। ਮੈਂ ਤੈਨੂੰ ਦੇਖ ਲੂੰ ਤਾਜੀ। ਓ ਕੱਲ ਦੇਖਦਾ, ਹੁਣੀ ਦੇਖ ਲੈ, ਬੁੜਾ ਹੋ ਚੱਲਿਆ ਕਿਤੇ ਅੱਖਾਂ ਨਾਲ ਜਵਾਬ ਦੇ ਜਾਣ ਤੇਰੀ। ਤਾਜੀ ਓਏ ਭੁੱਲਰਾ, ਛੱਡੋ ਜੀ ਆਪਾਂ, ਕਿਹੜਾ ਖੇਡਣ ਆਇਆ। ਤੂੰ ਚੁੱਪ ਕਰ, ਇੱਕ ਗੱਲ ਯਾਦ ਰੱਖੀ ਪੁੱਤ, ਬਦਲਾ ਲੈਣਾ ਭੁੱਲਰ ਨੂੰ ਵੀ ਆਉਂਦਾ ਹੈ। ਓ ਜਾ ਭਾਜਾ, ਪੰਜਾਬ ਫਿਰਦਿਆਂ ਤੇਰੇ ਵਰਗੇ ਬਦਲਾ ਲੈਣਾ ਆਉਂਦਾ ਇਹਨੂੰ। ਉਹ ਕਦੋਂ ਬਾਸਮਤੀ ਪਈ ਆ ਕਾਲੀਆਂ ਮਿਰਚਾਂ? ਉਹ ਪਿਰਥੀ ਆਈ ਆ ਸੌਦਾ ਪੱਤਾ ਤੋੜ ਕੇ ਦਾ। ਠੀਕ ਹੈ ਬਈ, ਕਮਾਲ ਆ ਮਾਸਟਰ ਜੀ, ਪਹਿਲੀ ਵਾਰ ਕਿਸੇ ਨੂੰ ਗੁਰਮੁਖੀ ਜੀ ਪਰਚੀ ਲਿਖ ਕੇ ਦਿੱਤੀ ਹੈ। ਮਹੀ ਦਾ ਤਾਂ ਪੰਜਵੀਂ ਫੇਰ ਵੀ ਅੰਗਰੇਜ਼ੀ ਦੀ ਘੋੜ ਕੰਦੇ ਮਾਰ ਕੇ ਲਿਆਉਂਦੇ ਆ। ਓ ਬੋਦੀ ਭੌਂਕਣਾ, ਤੂੰ ਫੀਸਾਂ ਭਰਦੇ ਰਹੇ ਮੇਰੀਆਂ, ਪੰਜਵੀਂ ਫੇਲ ਨਾਲੇ ਪਾਸ। ਉਹ ਤਾਂ ਜੱਟਾਂ ਦੀਆਂ ਜੜਾਂ 'ਚ ਸਰਕਾਰ ਬਹਿ ਗਈ, ਜਿਹੜੀਆਂ ਤੇਰੇ ਵਰਗੀਆਂ ਲੰਡੀਆਂ ਬੁੱਚੀਆਂ ਸਾਨੂੰ ਛੇਡਾਂ ਕਰਨ ਲੱਗੀਆਂ। ਲੱਗ ਗਿਆ ਤਾਂ ਉਹ ਤੁਹਾਨੂੰ ਥੋੜ੍ਹੀ ਕਿਹਾ ਸੋਹੀ ਸਾਹਿਬ, ਗੁੱਸਾ ਨਾ ਕਰਿਓ ਕੰਧ ਇੱਕ। ਓ ਸਾਹਿਬ ਨੂੰ ਮੈਂ ਪੌਂਡ ਮੰਗਲੇ ਤੇ ਤੁਰਿਸ਼ ਬੱਚਾ, ਸਾਹਿਬ ਪਤਾ ਕੌਣ ਹੁੰਦਾ? ਸਾਹਿਬ ਜਿਹੜੇ ਰੱਬ ਨੇ ਸਪੈਸ਼ਲ ਕੋਟੇ 'ਚ ਪੜਾਏ ਹੁੰਦੇ ਆ ਉਹ ਹੁੰਦੇ ਆ। ਸ਼ੰਭੂ ਜੀ ਮੈਂ ਗੱਲ ਬਿਲਕੁਲ ਸਹੀ ਕਿਹਾ ਸਰਦਾਰ ਜੀ ਤੁਸੀਂ। ਸਹੀ ਟੱਟੂ ਕਿਹਾ, ਨਾਲੇ ਸਰਦਾਰੀਆਂ ਕਾਹਦੀਆਂ, ਬੈਂਕ ਵਾਲੇ ਰੋਜ਼ ਸਾਡੇ ਘਰੇ ਆ ਕੇ ਸਾਡੀਆਂ ਸਰਦਾਰੀਆਂ ਲੀਰੋ ਲੀਰ ਕਰਦੇ ਆ। ਦਾਦਾ ਸਦੇ ਦੇ ਕੁੜੀ ਦੇ ਵਿਆਹ ਤੇ ਕਰਜ਼ਾ ਚੁੱਕਿਆ ਸੀ, ਕਹਿੰਦਾ ਕਿ ਗਵਾਂਢੀਆਂ ਨੇ ਬੰਬੂ ਕਰ ਦਿੱਤਾ ਮੈਂ ਕਾਰ ਦਿਉਂ, ਹੁਣ ਗਵਾਂਢੀ ਤਾਂ ਹੈਲੀਕਾਪਟਰ ਦੇਣਗੇ। ਬਈ ਤੂੰ ਆਪਣੀ ਕੁੜੀ ਨੂੰ ਹਵਾਈ ਜਹਾਜ਼ ਦੇਂਗਾ ਲਫਤਾਂਸਾ ਵਾਲਾ? ਗੁੱਸਾ ਨਾ ਕਰੀਂ ਗੱਲ ਇੱਕ, ਤੂੰ ਐਂ ਕਰ ਇਹਨੂੰ ਇਹ ਵੀ ਦੱਸ ਦੇ ਬਈ ਮੇਰੇ ਮੁੰਡੇ ਦਾ ਰਿਸ਼ਤਾ ਟੁੱਟ ਗਿਆ, ਜੇ ਤੇਰਾ ਫਿਰ ਵੀ ਨਹੀਂ ਸਰਦਾ ਫਿਰ ਗੱਲ 'ਚ ਢੋਲ ਪਾ ਲੈ। ਐਂ ਕਰ ਗੁਰਦੁਆਰੇ ਜਾ ਕੇ ਨਾ ਅਨਾਊਂਸਮੈਂਟ ਕਰਾ ਦੇ, ਠੀਕ ਹੈ? ਹਾਂ ਹੈਲੋ ਭੌਂਕ, ਮੈਂ ਬੋਧੀ ਰਾਮ ਦੀ ਬੋਧੀ ਪੱਟ ਰਿਹਾ, ਕਰਿਆ ਕਿ ਤੇਰੇ ਗੁੱਤ ਪੱਟੂਗਾ, ਹੁਣ ਤੂੰ ਮੇਰੀ ਸ਼ਕਲ ਦੇਖ ਕੇ ਵਰਤ ਤੋੜਨੇ ਨਾ ਕਰੋ ਨੀ ਨਿਕਲ ਮਲਵਾਦਾ ਦੀ ਪਹਾੜਾ ਲਈਏ, ਐਡਾ ਵੱਡਾ ਰੰਗ ਨੰਬਰ ਦਾਦਾ ਦੀ ਗੁੱਸਾ ਨਾ ਕਰੀ ਗੱਲ ਦਾ ਇੱਕ। ਇਹ ਕੀ ਕੇਸ ਹੈ ਜੀ? ਬਸ ਜੀ ਕੇਸ ਵਿਗੜੇ ਹੀ ਸਮਝੋ, ਕਰਜ਼ੇ ਕੁਰਜ਼ਿਆਂ ਦੀ ਗੱਲ ਤਾਂ ਮੈਂ ਤੁਹਾਨੂੰ ਸਮਝਾਈ ਦਿੱਤੀ ਸੀ। ਇਹਦੇ ਮੁੰਡੇ ਦਾ ਰਿਸ਼ਤਾ ਹੋਇਆ ਸੀ ਨਾਲ ਦੇ ਪਿੰਡ ਦੇ ਸ਼ਮਸ਼ੇਰ ਲੈ ਕੇ ਇਹਦੀ ਕੁੜੀ ਦੇ ਨਾਲ, ਪਹਿਲਾਂ ਤਾਂ ਉਹਦੇ ਕੋਲ ਵੀ ਇਹਦੇ ਜਿੰਨੀ ਜ਼ਮੀਨ ਤੀ, ਬਾਅਦ 'ਚ ਉਹਦਾ ਲੱਗਿਆ ਸਹੀ ਨੰਬਰ, ਚਿੱਟਾ ਵੇਚ ਵੇਚ ਕੇ ਕਾਲਾ ਧਨ ਕਮਾ ਲਿਆ, ਉਹਨੇ ਫਿਰ ਰਿਸ਼ਤਾ ਤੋੜਤਾ। ਬਸ ਤੁਸੀਂ ਇਹ ਸਮਝੋ ਵੀ ਸੋਹੀ ਸਾਹਿਬ ਨੇ ਜਿੰਨੇ ਨੰਬਰ ਵੀ ਲਾਏ ਨੇ ਬਸ ਰੋਂਗ ਨੰਬਰ ਹੀ ਲਾਏ। ਨਾਨਕ ਦੁਖੀਆ ਸਭ ਸੰਸਾਰ, ਕਿੰਨੇ ਹੋਏ ਲਾਲਾ ਜੀ? 235 ਹੋ ਗਏ ਜੀ, ਕੋਈ ਨਹੀਂ ਬਾਅਦ 'ਚ ਆ ਜਾਣਗੇ ਲਿਖ ਲਾਂਗੇ। ਨਹੀਂ ਨਹੀਂ ਤੁਸੀਂ ਉਹ ਲਿਖ ਕੇ ਲਾਇਆ ਹੋਇਆ ਨਾ, ਅੱਜ ਨਗਦ ਕੱਲ੍ਹ ਉਧਾਰ। ਉਹ ਲਿਖੇ ਤੇ ਅੱਜ ਕੱਲ੍ਹ ਕੌਣ ਅਮਲ ਕਰਦਾ ਜੀ ਭਲਾ? ਵੈਸੇ ਕਰਨਾ ਚਾਹੀਦਾ ਅਮਲ, ਲਿਖੇ ਹੋਏ ਤੇ ਚਾਹੇ ਉਹ ਗੀਤਾ 'ਚ ਲਿਖਿਆ ਹੋਵੇ ਚਾਹੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਵੇ, ਅਮਲ ਤਾਂ ਕਰਨਾ ਚਾਹੀਦਾ। ਵੈਸੇ ਹੁਣ ਮੇਰੇ 15 ਰੁਪਏ ਨਿਕਲਦੇ ਜੀ ਤੁਹਾਡੇ ਵੱਲ, ਕੋਈ ਨੀ ਉਹ ਫਿਰ ਸਾਦੇ ਵੱਲ ਲਿਖ ਦਿਓ। ਲਓ ਫਿਰ ਖੁਸ਼ੀ ਇੱਕ ਸੈਲਫੀ ਕਰੀਏ, ਆਪਾਂ ਫੇਸਬੁੱਕ ਉੱਤੇ ਡਾਊਨਲੋਡ ਕਰਾਂਗੇ। ਓਏ ਹੋਏ 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 ਹੋਏ, ਉਹ ਕਿੰਨੇ ਪਿਆਰ ਨਾਲ ਬਣਾਇਆ ਉਹ ਪ੍ਰੋਫੈਸਰ ਦੀ ਮਹਿਬੂਬ ਨੇ, ਓਏ ਕੱਟਿਆ ਓਏ ਆ ਵੇਖ ਓਏ। ਲੈ ਬਣ ਗਈ ਗੱਲ, ਅੱਜ ਜਦੋਂ ਪ੍ਰੋਫੈਸਰ ਪਰਵਾਨਾ ਨੇ ਸ਼ਮਾਂ ਦੇ ਹੱਥਾਂ ਦਾ ਬਣਿਆ ਤੇਲ ਵਾਲਾ ਬ੍ਰੈਡ ਦੇਖਿਆ ਤਾਂ ਉਹਨਾਂ ਦਾ ਗੁੱਸਾ ਮਿੰਟ 'ਚ ਹੀ ਮੂੰਹ ਵਾਂਗੂ ਪਿਘਲ ਕੇ ਠੰਡਾ ਹੋ ਜਾਣਾ ਹੈ। ਲਓ ਦੇਖਦੇ ਝੱਟ, ਉਹ ਛੇਤੀ ਆ ਜਾ ਥੱਲੇ ਨਾ ਜੀ, ਪ੍ਰੋਫੈਸਰ ਦਾ ਅੱਜ ਦਿਲੋਂ ਸਵਾਗਤ ਕਰ ਰਹੇ ਹਾਂ। ਤੁਹਾਡੇ ਚੋਂ
ਬ੍ਰੈਡ ਦੀ ਬੇਅਦਬੀ ਕਿਹਨੇ ਕੀਤੀ ਹੈ? ਬ੍ਰੈਡ ਦੀ ਜਾਂ ਬ੍ਰੈਡ ਵਾਲੀ ਦੀ? ਸ਼ਟ ਅਪ। ਵੈਸੇ ਜਿਹਨੇ ਵੀ ਤੁਹਾਡੇ ਚੋਂ ਇਕੱਲੀ ਬ੍ਰੈਡ ਉੱਥੇ ਰੱਖੀ ਆ ਬਹੁਤ ਜ਼ਿਆਦਤੀ ਕੀਤੀ ਆ, ਜੇ ਨਾਲ ਥੋੜੀ ਜਿਹੀ ਸੌਸ ਵੀ ਰੋੜੀ ਹੁੰਦੀ ਗੱਲ ਕਦੋਂ ਦੀ ਨਿਬੜ ਜਾਣੀ ਸੀ। ਸਰ ਵੈਸੇ ਜਿੰਨੀਆਂ ਮਰਜ਼ੀ ਦਿਲ ਵਾਲੀਆਂ ਬ੍ਰੈਡਾਂ ਖਾਈ ਜਾਓ, ਸੱਚ ਹੀ ਕਿਹਾ ਫਿਰ ਮੈਂ ਤੁਹਾਡੇ ਵਰਗੇ ਕਿਸੇ ਸਿਆਣੇ ਨੇ, ਕਹਿੰਦੇ ਸਹੇਲੀ ਤੇ ਹਵੇਲੀ ਇੰਨੀ ਛੇਤੀ ਨਹੀਂ ਬਣਦੀ। ਅੱਛਾ, ਬਣਾਉਣ ਵਾਲੇ 'ਚ ਦਮ ਚਾਹੀਦਾ, ਹਵੇਲੀ ਲੋਨ 'ਤੇ ਅਤੇ ਸਹੇਲੀ ਫੋਨ 'ਤੇ, ਜੇ ਬਣਾਉਣੀ ਹੋਵੇ ਮਿੰਟ ਲੱਗਦਾ ਬਣਾਉਣ ਨੂੰ। ਅੱਜ ਤਾਰਾ ਫਿੰਡਾ ਰੱਜਿਆ ਲੱਗਦਾ ਜਿਹੜਾ ਕੱਟੇ ਵਾਂਗੂ ਜੁਗਾਲੀ ਕਰੀ ਜਾਂਦਾ। ਟੀਚਰ ਨਾਲ ਟੀਚਰਾਂ ਕਰਦਾ ਸ਼ਰਮ ਨਹੀਂ ਆਉਂਦੀ? ਆਉਂਦੀ ਹੈ ਜੀ, ਫਿਰ ਕਰੀਦੀ ਹੈ ਨਹੀਂ। ਤੂੰ ਕਹਿੰਦਾ ਸ਼ਰਮ ਕਰਨੀ ਆ, ਸ਼ਰਮ ਕਰਨ ਨੂੰ ਅਸੀਂ ਜੋ ਹੈਗੇ ਆ, 3 ਸਾਲ ਹੋ ਗਏ ਤੈਨੂੰ ਇੱਕੋ ਕਲਾਸ ਦੇ ਵਿੱਚ ਚੱਪ ਮਾਰ ਕੇ ਬੈਠੇ। ਮੈਨੂੰ ਲੱਗਦਾ 3 ਦਾ ਇਸ਼ਾਰਾ ਐ ਹੁੰਦਾ ਜੀ। ਜੇ ਇਹੀ ਹਾਲ ਰਿਹਾ ਨਾ ਕੱਚੂ ਪਾਥੀ ਵਾਲਾ ਤੇਰਾ, ਤਾਂ ਇਸੇ ਕਾਲਜ ਦੇ ਵਿੱਚ ਸਾਨੂੰ ਤੇਰੀ ਮੱਟੀ ਬਣਾਉਣੀ ਪੈਣੀ ਆ, ਤਾਂ ਜੋ ਬਾਅਦ 'ਚ ਤੇਰੇ ਘਰ ਦੀਆਂ ਨੂੰਹਾਂ ਦੀਆਂ ਇਸੇ ਮੱਟੀ 'ਤੇ ਕੱਚੀ ਲੱਸੀ ਪਾ ਕੇ ਤੈਨੂੰ ਕੱਚਾ ਕਰ ਜਾਇਆ ਕਰਨਾ। ਸਰ ਕਿਉਂ ਕੁੜੀਆਂ ਸਾਹਮਣੇ ਮੇਰੀ ਲੱਸੀ ਕਰੀ ਜਾਂਦੇ ਹੋ ਜੀ? ਕਰਤੀ ਇਹਦੀ ਕੁੜੀਆਂ ਸਾਹਮਣੇ ਲੱਸੀ? ਮੈਨੂੰ ਤਾਂ ਇਹਨੇ ਕਿਹਾ ਸੀ ਸਾਲਿਆ ਕੱਦੂ ਆ ਜਾ, ਮੈਂ ਤਾਂ ਕਹੂੰਗਾ ਬੰਬ ਰੱਖ ਦੇ, ਰੱਖ ਦੇਗਾ। ਸ਼ਾਬਾਸ਼ ਹੈ, ਮੇਰੇ ਥੱਲੇ ਬੰਬ ਰੱਖ, ਤਾਂ ਜੋ ਜੇ ਇੱਕ ਵਾਰੀ ਚੱਲ ਗਿਆ ਬਾਅਦ 'ਚ ਮੇਰੀ ਪਛਾਣ ਵੀ ਨਾ ਆ ਸਕੇ। ਇੱਕ ਤਾਂ ਪਤਾ ਨਹੀਂ ਮਿਰਜ਼ੇ ਦੀ ਕਬਰ 'ਤੇ ਹੋ ਗਿਆ ਘਾਹ ਖਾਣ ਵਾਲੀ, ਕਿਹੜੀ ਮੱਝ ਦਾ ਦੁੱਧ ਪੀਤਾ, ਪਿਓ ਦੇ ਪੁੱਤ ਦਾ ਇੱਕੋ ਨਿਸ਼ਾਨਾ, ਕਿਸੇ ਦੇ ਲੱਫੜ ਮਾਰਤਾ, ਕਿਸੇ ਦੇ ਘਸੋਣ ਫੇਰਤਾ। ਖਾਵੇ ਪੀਵੇ ਬਾਂਦਰੀ ਤੇ ਟੰਬੇ ਖਾਣ ਨੂੰ ਰਿੱਛ, ਸਾਡਾ ਤਾਂ ਜੀ ਨਾ ਹੀ ਬਦਨਾਮਾ, ਸਾਡੇ ਨਾਲੋਂ ਵੱਧ ਮੁੰਡੇ ਤਾਂ ਇਹ ਛੇੜਦੀਆਂ। ਉਹ ਫਿਰ ਕਦੇ ਮੇਰੇ ਨਾਲ ਇਹਨਾਂ ਦਾ ਵਾਹ ਹੀ ਨਹੀਂ ਪਿਆ, ਕਦੇ ਮੈਨੂੰ ਛੇੜ ਕੇ ਦੇਖਣ, ਜੇ ਮਿੰਟ 'ਚ ਨਾ ਛੇੜ ਜਾ। ਸ਼ਾਬਾਸ਼, ਬ੍ਰੈਡ ਖਾਓ ਤੇ ਖੁਸ਼ੀ ਮਨਾਓ। ਪਰ ਅਸੀਂ ਤਾਂ ਸੁਣਿਆ ਖੁਸ਼ੀ ਮੈਮ ਪਹਿਲਾਂ ਹੀ ਤੁਹਾਡੇ ਨਾਲ ਮੰਨੀ ਹੋਈ ਆ। ਸਾਲੀ ਮਾੜੀ ਸੋਚ ਤੇ ਪੈਰ ਦੀ ਮੋਚ ਬੰਦੇ ਨੂੰ ਅੱਗੇ ਵਧਣ ਨਹੀਂ ਦਿੰਦੀ। ਹਾਏ ਰੱਬਾ, ਇਸ ਤੋਂ ਇਲਾਵਾ ਕੋਈ ਹੋਰ ਫਰਾਡ ਕਰਦਾ ਪਿਆ ਨਾ, ਮੈਨੂੰ ਹੁਣੇ ਦੱਸ ਦੇ। ਕੀ ਕਰਾਂ ਕਾਜਲ, ਮੈਨੂੰ ਮਜਬੂਰੀ 'ਚ ਅੰਕਲ ਬਣਨਾ ਪਿਆ, ਪਰ ਦੇਖ ਕਾਜਲ ਕਿਸੇ ਨੂੰ ਦੱਸੀ ਨਾ। ਕੀ ਲੁਕੋਵਾਂਗੀ ਮੈਂ ਵੀਰੇ ਤੋਂ? ਮੈਨੂੰ ਪਤਾ ਤੂੰ ਲੁਕੋ ਲੈਣਾ, ਇਸ ਲਈ ਤਾਂ ਤੈਨੂੰ ਦੱਸਿਆ। ਮਾਸਟਰ ਜੀ, ਮਾਸਟਰ ਜੀ, ਹਾਂ ਉਹ ਦੇਖੋ, ਮੈਂ ਤੇਰੇ ਤੇ ਬਲਾਈਂਡ ਫੇਥ ਕਰਦਾ ਕਾਜਲ। ਹੋਰ ਕਿੰਨਾ ਕੁ ਬਲਾਈਂਡ ਹੋਣਾ ਤੂੰ ਬਰਾੜ ਉੱਤੇ? ਹਾਂ, ਇਹ ਕੀ ਸਵੇਰੇ ਸਵੇਰੇ ਕਾਜਲ ਤੋਂ ਕੱਜਲ ਪਵਾ ਰਿਹਾ? ਆਓ ਬਰਾੜ ਸਾਹਿਬ। ਹਾਏ ਅੰਕਲ ਨੇ ਦੇਖ ਲਿਆ, ਇਹ ਕੀ ਹੋ ਰਿਹਾ? ਉਹ ਜਲਦੀ ਚੱਲੋ, ਅੰਦਰ ਕਿੱਥੇ ਚੱਲੇ? ਅੱਗੇ ਚੱਲ, ਚੱਲ ਚੱਲ, ਅੱਗੇ ਚੱਲ, ਅੱਗੇ ਚੱਲ, ਚੱਲ 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 ਤੂੰ। ਸਾਲਿਆ ਬਿਜ਼ਨਸ ਕਲਾਸ ਰਾਹੀਂ ਮੈਂ ਜਾਣਾ, ਤੂੰ ਕੌਰਮੀ ਕਲਾਸ ਰਾਹੀਂ ਚੱਲ। ਗੋਲ ਗੋਲ ਆਓ, ਚੰਗਾ ਕੰਨ ਨੂੰ ਫੜ ਲਓ, ਕੰਨ ਨੂੰ ਫੜ ਲਓ, ਕੰਨ ਨਾ ਛੱਡੋ ਨਹੀਂ ਤਾਂ ਦੁਨੀਆ ਛੱਡ ਜਾਓਗੇ। ਧਿਆਨ ਨਾਲ, ਅੱਗੇ ਬਾਰੀ ਆ, ਬਾਰੀ ਨੂੰ ਫੜੋ। ਹਾਂ, ਧਿਆਨ ਨਾਲ, ਕਿੱਥੇ ਆ ਉਹ? ਕੌਣ ਅੰਕਲ? ਤੇਰਾ ਦੂਜਾ ਅੰਕਲ ਪਿੱਛੇ। ਬ੍ਰਾਂਡ ਸਾਹਿਬ, ਏ ਬ੍ਰਾਂਡ ਸਾਹਿਬ, ਇਹ ਕੀ ਹੋ ਰਿਹਾ? ਲੰਗੂਰ ਬਣ ਦੀ ਕੀ ਲੋੜ ਪੈ ਗਈ? ਇੱਥੇ ਹੀ ਖੜੋ ਇੱਕ ਮਿੰਟ, ਇੱਥੇ ਹੀ ਪਿੱਛੇ। ਫੜ 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 ਦੇਖੋ ਫਿਟ ਰਹਿਣ ਲਈ ਪਿਛਲੇ 10 ਸਾਲਾਂ ਤੋਂ ਮੈਂ ਕੈਨੇਡਾ ਵਿੱਚ ਹਰ ਰੋਜ਼ ਗ੍ਰੋਸ ਮਾਊਂਟੇਨ ਤੇ ਚੜ੍ਹਦਾ ਜੀ, ਇੱਥੇ ਕੋਈ ਆਪਸ਼ਨ ਹੈ ਨਹੀਂ ਸੀ ਜੀ, ਮੈਂ ਕਿਹਾ ਚਲੋ ਕੰਧਾ ਕੋਠੀ ਸੀ ਜੀ। ਕਿਉਂ ਗੁਫਰ ਤੋਲਦੇ ਹੋ? ਮੈਂ ਤੁਹਾਨੂੰ ਇਹਨਾਂ ਦੀਦੀਆਂ ਨਾਲ ਉੱਪਰ ਕੁੜੀ ਨਾਲ ਖੜੇ ਗੱਲਾਂ ਕਰਦੇ ਦੇਖਿਆ। ਮੈਂ ਵੀ ਕੁੜੀ ਉਹ ਬੱਚੀ ਤਾਂ ਜੀ ਪ੍ਰਭਾਵ ਤੋਂ ਕੀ ਮੈਨੂੰ ਐਕਸਾਈਜ਼ ਕਰਦੇ ਦੇਖ ਕੇ, ਮੈਨੂੰ ਕਹਿੰਦੀ ਅੰਕਲ ਤੁਸੀਂ ਥੱਕ ਗਏ ਹੋਗੇ, ਪਲੀਜ਼ ਪਾਣੀ ਜ਼ਰੂਰ ਪੀ ਕੇ ਜਾਇਓ। ਪਾਣੀ ਨੂੰ ਉੱਥੇ ਉਹਨੇ ਛਬੀਲ ਲਾਈ ਹੋਈ ਸੀ, ਚੱਲ ਇੱਕ ਮਿੰਟ ਲਈ ਮੰਨ ਲਿਆ। ਇਹ ਦੱਸੋ ਮੈਨੂੰ ਵੇਖ ਕੇ ਉੱਥੋਂ ਭੱਜੇ ਕਿਉਂ ਸੀ ਜੀ? ਐਕਸਰਸਾਈਜ਼ ਕਰਦੇ ਸੀ। ਰਨਿੰਗ 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 ਉਹ ਦੌੜਾ ਰਹੇ ਸੀ। ਉਹ ਕੌਣ ਦੌੜਾ ਰਿਹਾ ਮੇਰੇ ਅੰਕਲ ਨੂੰ?
मैनू पुछ ते लिया करो पिछले 10 साल तो जॉइंट पेन करके मना कीता डॉक्टर ने इन्हां नू दौड़ भाजी करन तो सुन लिया मैं कहा सी ना अंकल झूठ बोलदे आ हां जेडी मेरी गल सुन ओ मेरी गल सुनो जी देखो असी अपने कम्मा कारज कनाडा बिजी रहने हैं जी बच्चे इथे अपने कम्मा कारज बिजी रहंदे ने जी इस करके एक दूजे दी सू घटी रखी दी है जी ओ जी ना एक दूजे दी सू नहीं पिया तो बात थोड़ी सू सुहा रखणगे जेडी प्लीज तुसी क्यों सवेरे सारे दे पीछे पए हो अंकल जी एक्सरसाइज कर रहे ना करन दो मम्मा फिकर ना करो सामले मैं अच्छा मैनू ऐ दस गेट केड़े पासे है ठीक है ओ दूजे नू संभाल के रखी ए ना होवे मेरे आउण तक कुट खाई बैठे हो ठीक है गेट नू हाथ पा दे करी चल ठीक है चंगा टैक्सी टैक्सी हाँ जी बैठो किथे जाना जी इस पते ते लै चल मैनू हाँ जी हुणे लैके चलदा जी भैया कार हौली चला झटके बड़े लग रहे ने पहुंच गए जी 25 रिंगट इन्ने घर थोड़ा दूर सी ना इस करके घर ता यार जेड़ा दूर सीगा रास्ता बड़ा खराब सी गड्डी हिलदी हुई है ऐ लगदा सी जिवें धूरी चले हुन्ने आ बेटे इस तो पहला कि मैं अपनी बेटियां दा हाथ तुहाडे हाथ विच दवां मैं तो चंगी तरह परख लेना चाहना तू नाली दस तू दसता सी फिजिकली डिसेबल हां हाले मैं दस्या नहीं पर ब्याह तो पहला मैं सिद्धू साहब नु आपी समझा लूंगा नाले मेरी गल सुनो ब्याह तो पहला तुसी दोने जाने अपना मुंह बंद रखियो जे किते हुण सिद्धू साहब नु ये पता लग गया भी तुसी दोने जाने फिजिकली डिसेबल हो तो उन्होंने कुड़ियां देने तो मुकर जाना इत्थे चक्कण वाली दुनिया बथेरी बैठी है दोवें अखां भी कन्न भी ते हाथ पैर भी ठीक ने फिर फिजिकली डिसेबल किधरों होई मैनू तो अंदरों कोई होर गल लगती है बराड़ फिर उत्ते किसी नू दसन जोगे भी नहीं झग्गा चकदे ढिड नंगा अपना ही हुंदा चंगा धर्म संकट च पिया पर जदों बंटी नू काजल दीआं करतूतां बारे पता लगू उह तां बेचारा ज्यों दे जी मर जू सिद्धू साहब बंटी चंगा कीता तू आ गया मैं तेरे नाल एक जरूरी गल करनी सी मैं भी थोड़े नाल जरूरी गल ही करना है जो भी हो रहा ठीक नहीं हो रहा बेटे सब ठीक हो जाएगा इत्थे बैठ बस एक बारी मैनू खुल के काजल नाल गल कर लेने दे हद हो गई गड़बड़ तां मुंडियां च है काजल नाल कड़ी गल करनी है मुंडियां च कोई गड़बड़ नहीं गड़बड़ मुंडियां दे अंकल च ओहो सिद्धू साहब तुसी बिल्कुल भुल्ले हो तुहानू कुछ नहीं पता जेड़े मुंडियां नू तुसी कुड़ियां दे रहे हो ना ओ सारी उमर पापा नहीं बन सकते मैनू पता है क्योंकि उन्होंने खानदान च बच्चा गोद लेने की परंपरा जो चलती है ओहो परंपरा नहीं कोई गल नहीं समझो तुसी नाना नहीं बन सकते चपेड़ तू सड़दे रख के मुंह देख मैं नाना पावे बना पावे ना बना पर तू बहुत छेती मामा बन जाना अपनी भैन नू समझा ला जेड़ी फुड़े नाल चक्कर चलाई फिरदी है अच्छा जे मैं हुण थोड़े जवाइयां दी सच्चाई दसती तां उल्टा साडे ते उंगला चकोगे सबूत की है थोड़े कोल तेरी भैन इशारे कर बुढ़े नू उपर सददी इन्हां अखां नाल देखी आ इक तां पता नहीं सुजियां जी अखां थोड़ियां की देख लैंदियां ने सुजणियां तां आपे ने तेरी भैन दी राखी कर ओ नींदरियां जो रहंदियां ने सब झूठ चलो मेरे नाल हुण दुध दुध और पानी तां पानी हो जू चलो मेरे नाल हुण सोच की रहे हो हुण मैं अपने कुड़मा नू रंगे हत्थी फड़दा चंगा लगदा चल ठीक है तेरी तसल्ली लई ए भी सही चल चलो चल तुर तुर चलो हुण इधर किधर चलिया बिजनेस क्लास पौड़ियां नू इधर मारे कौन मी इन्हां नू दस्ता कल नू मुंडे वाले देखण आ रहे आ जी मैं ना तुहाडे नाल एक गल करनी सी जरूरी इन्हां दोहां ने ना अपने लई मुंडे देखे होए ने मसल जी तां हेट मैरिज होगी साल्या लव मैरिज हुंदी आ एक तो पता नहीं केड़े पढ़ू तो अंग्रेजी सिखता रहता
ਨਾ ਤੁਹਾਡੀ ਜ਼ਰੂਰਤ ਕਿਵੇਂ ਹੋਈ? ਅੱਜ ਤੱਕ ਸਾਡੇ ਖਾਨਦਾਨ 'ਚ ਕਿਸੇ ਨੇ ਲਵ ਮੈਰਿਜ ਕੀਤੀ ਆ? ਇੱਥੋਂ ਤੱਕ ਮੈਂ ਮੈਰਿਜ ਤੋਂ ਬਾਅਦ ਵੀ ਤੁਹਾਡੀ ਮਾਂ ਨਾਲ ਕਦੇ ਲਵ ਨਹੀਂ ਕੀਤਾ, ਬਸ ਉਹੀ ਸਾਰੀ ਜਾਣਾ ਜੀ। ਗੁੱਸੇ ਕਾਹਤੇ ਹੁੰਦੇ ਹੋ? ਮੁੰਡੇ ਬਹੁਤ ਵਧੀਆ ਨੇ, ਤੁਸੀਂ ਇੱਕ ਵਾਰੀ ਮੇਰੇ ਕਹੇ ਤੇ ਮਿਲੋ ਉਹਨਾਂ ਨੂੰ। ਖਾਨਦਾਨ ਕੀ ਆ ਮੁੰਡਿਆਂ ਦਾ? ਅਨਾਥ ਨੇ। ਕੀ ਕਿਹਾ? ਅਨਾਥ ਨੇ? ਮੇਰਾ ਪਿਓ ਸੜਕਾਂ ਤੇ ਛਾਣ ਬੂਰੇ ਦਾ ਕੰਮ ਕਰਦਾ ਸੀ, ਫਿਰ ਵੀ ਉਹਨੇ ਮੇਰੇ ਲਈ ਖਾਨਦਾਨੀ ਕੁੜੀ ਲੱਭੀ। ਕੋਈ ਮੇਰੇ 'ਚ ਕਮੀ ਆ ਜਾਂ ਤੁਹਾਡੇ 'ਚ ਕਮੀ ਆ ਜਿਹੜਾ ਮੈਂ ਆਪਣੀ ਕੁੜੀਆਂ ਲਈ ਅਨਾਥ ਲੱਭੂੰਗਾ? ਜੀ ਗੱਲ ਤਾਂ ਕੀ ਗੱਲ ਸੁਣਾ ਮੈਂ ਤੇਰੀ, ਸਭ ਤੇਰੀਆਂ 'ਚ ਬਣਾਈਆਂ ਹੋਈਆਂ ਨੇ। ਆਖੇ ਜੀ ਮੇਰੀਆਂ ਧੀਆਂ ਆਨਲਾਈਨ ਟਿਕਟਾਂ ਬੁੱਕ ਕਰਨੀਆਂ ਸਿੱਖ ਗਈਆਂ, ਕਦੇ ਮੈਨੂੰ ਇਹ ਵੀ ਦੱਸਿਆ ਕਿ ਮੇਰੀਆਂ ਧੀਆਂ ਫੁਲਕੇ ਲਾਉਣੇ ਵੀ ਸਿੱਖ ਗਈਆਂ। ਇੱਕ ਤਾਂ ਵਰਦੀ ਏਦਾਂ ਦੀ ਪਾ ਲੈਂਦੀਆਂ ਨੇ ਜਿਵੇਂ ਵਰਕਸ਼ਾਪ ਦੇ ਵਿੱਚ ਫੋਰਮੈਨ ਲੱਗੀਆਂ ਹੁੰਦੀਆਂ। ਪਟਿਆਲੇ ਤੋਂ ਨਾ ਅਸੀਂ ਡੈਡੀ ਲਈ ਬੇਸਣ ਦੇ ਲੱਡੂ ਲੈ ਕੇ ਆਈਆਂ ਸੀ, ਜੇ ਨਾਲ ਥੋੜਾ ਮੂੰਹ ਠੀਕ ਹੋ ਜਾਵੇ ਨਾ ਖਵਾ ਲਿਓ। ਸ਼ਾਬਾਸ਼ੇ, ਪਿਓ ਨੂੰ ਬੇਸਣ ਦੀ ਰਿਸ਼ਵਤ ਦੇ ਕੇ ਆਪ ਹਲਦੀ ਲਵਾਉਣ ਨੂੰ ਫਿਰਦੀਆਂ। ਬੇਟੇ ਕੀ ਸ਼ੁਭ ਨਾਮ ਤੁਹਾਡੇ ਅੰਕਲ ਦਾ? ਬਸ ਬੱਚੇ ਬਚਪਨ ਤੋਂ ਮੈਨੂੰ ਪਿਆਰ ਨਾਲ ਅੰਕਲ ਜੀ ਕਹਿੰਦੇ ਨੇ ਜੀ। ਛੋਟੇ ਹੁੰਦਿਆਂ ਦਾ ਘਰਦਿਆਂ ਨੇ ਕੋਈ ਤਾਂ ਨਾਂ ਰੱਖਿਆ ਹੀ ਹੋਊ। ਤੁਹਾਡੀਆਂ ਸਾਰੀਆਂ ਗੱਲਾਂ ਠੀਕ ਨੇ ਅੰਕਲ, ਪਹਿਲਾਂ ਇਹ ਤੇ ਪੁੱਛ ਲਓ ਸਾਡੇ ਅੰਕਲ ਦਾ ਨਾਮ ਕੀ ਆ। ਇਹ ਤੁਹਾਡੇ ਦੋਹਾਂ ਚੋਂ ਟਿਊਬ ਲਾਈਟ ਕੀ ਨੇ ਪਸੰਦ ਕੀਤੀ ਆ? ਟਿਕ ਤੂੰ ਆ ਗਿਆ? ਹਾਂ ਕਾਜਲ ਆ ਗਿਆ ਮੈਂ। ਚਲ ਵੈਰੀ ਗੁੱਡ। ਆ ਤੂੰ ਮੂੰਹ ਨੂੰ ਕੀ ਲਾਇਆ? ਓ ਇਹ ਲੱਗਿਆ ਰਹਿ ਗਿਆ। ਓ ਓ ਓ ਕੁਛ ਨਹੀਂ ਕੁਛ ਨਹੀਂ, ਮੈਂ ਦੁੱਧ ਪੀਤਾ ਸੀ ਤੇ ਮਲਾਈ ਲੱਗੀ ਰਹਿ ਗਈ ਹੋਣੀ ਆ। ਅੱਛਾ ਚੱਲ ਤੂੰ ਛੱਡ, ਤੂੰ ਅੱਗੇ ਆ। ਜੈਸਿਕਾ ਜੈਸਿਕਾ ਜਲਦੀ ਪਾਣੀ ਲੈ ਕੇ ਆ। ਡੈਡੀ ਆ ਕੀ ਕੀਤਾ? ਆ ਕੀ ਕੀਤਾ? ਮੈਂ ਕੀਤਾ? ਸਭ ਤੁਹਾਡਾ ਕੀਤਾ ਕਰਾਇਆ, ਤੁਹਾਡੀਆਂ ਝਿੜਕਾਂ ਤੇ ਮੁੰਡਾ ਘਬਰਾਇਆ। ਆ ਤੇਰੀਆਂ ਕੁੜੀਆਂ ਦੇ ਜਿੱਦਾਂ ਦੇ ਨਮੂਨੇ ਸਿਲੈਕਟ ਕੀਤੇ ਆ ਨਾ, ਸਲਾ ਘਬਰਾਉਣਾ ਤਾਂ ਸਾਨੂੰ ਚਾਹੀਦਾ। ਡੈਡੀ ਆ ਤੂੰ ਪੈਂਟ ਕੋਟ ਬੜਾ ਸੋਹਣਾ ਪਾਇਆ, ਬਹੁਤ ਸੋਹਣਾ ਲੱਗਦਾ ਪਿਆ। ਤੈਨੂੰ ਵਧੀਆ ਲੱਗਿਆ? ਹਾਂ ਮੈਂ ਖੁਦ ਆਪ ਦੇਖ ਕੇ ਪਸੰਦ ਕੀਤਾ। ਚੱਲ ਹੁਣ ਤੂੰ ਅੱਗੇ ਸਿੱਧਾ ਸਿੱਧਾ। ਰੱਬਾ ਛੋਟੀ ਮੋਟੀ ਥੜੀ ਤੇ ਆਪ ਵੇਖ ਲਿਆ ਕਰ ਤੂੰ। ਚੱਲ ਹੁਣ ਖੱਬੇ ਲੈ, ਖੱਬੇ ਲੈ, ਖੱਬੇ। ਹਾਂ ਠੀਕ ਆ। ਆ ਪਿੱਛੇ ਨੂੰ ਕਿੱਥੇ ਜਾਈ ਜਾਂਦਾ ਤੂੰ? ਯੂਟਰਨ ਲੈ, ਯੂਟਰਨ ਲੈ, ਯੂਟਰਨ ਲੈ। ਹਾਂ ਮੁੜ ਜਾ ਮੁੜ ਜਾ ਮੁੜ ਜਾ, ਆ ਜਾ ਸਿੱਧਾ ਸਿੱਧਾ ਸਿੱਧਾ। ਹਾਂ ਥੋੜਾ ਖੱਬੇ 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 ਆ ਜਾ, 40 ਸਟੈਪ ਅੱਗੇ ਆਣਾ ਤੂੰ। 1 2 3 4 5 6 7 ਆ ਪਿੱਛੇ ਕਿੱਥੇ ਦੇਖੀ ਜਾਂਦਾ ਵਾ? ਮੈਂ ਦੇਖਦਾ ਕੋਈ ਦੇਖ ਨਾ ਰਿਹਾ ਹੋਵੇ। ਹਾਂ ਤੈਨੂੰ ਬਹੁਤ ਦਿਖਦਾ ਨਾ ਜਿੱਦਾਂ। ਚੱਲ ਅੱਗੇ ਆ, ਆ ਜਾ ਸਿੱਧਾ। ਅੱਛਾ ਮੇਰੀ ਗੱਲ ਸੁਣ, ਜ਼ਿਆਦਾ ਨਾ ਹੜਬੜਾਹਟ ਚ ਨਾ, ਵੀਰੇ ਨੂੰ ਪਤਾ ਨਹੀਂ ਚੱਲਣਾ ਚਾਹੀਦਾ ਕਿ ਤੂੰ ਅੰਨਾ। ਓਕੇ ਓਕੇ। ਅੱਛਾ ਹੁਣ ਨਾ ਦਰਵਾਜ਼ਾ ਖੋਲ, ਅੱਗੇ ਨਾ ਪੌੜੀਆਂ ਆਣਗੀਆਂ ਲੋਹੇ ਦੀਆਂ ਗੋਲ ਗੋਲ, ਧਿਆਨ ਨਾਲ ਆਈ। ਓਕੇ ਓਕੇ ਉੱਪਰ ਚੜ ਕੇ। ਟਿੰਕੂ ਆ ਗਿਆ ਰਾਜਨ? ਅੱਛਾ ਥੋੜਾ ਨਾ ਆਓ ਜੀ ਭਾਜੀ, ਵੈਲਕਮ ਜੀ ਵੈਲਕਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਬੈਠੋ ਪਲੀਜ਼। ਤੈਨੂੰ ਪਤਾ ਬੇਹੋਸ਼ ਹੋ ਗਿਆ, ਉਹਦੇ ਬਾਅਦ ਚ ਮੈਂ ਹਿੰਮਤ ਵਿਖਾਈ, ਰੋਇਆ ਉਹਨਾਂ ਅੱਗੇ, ਫੇਰ ਛੱਡਿਆ ਉਹਨਾਂ। ਆ ਕਿਹੜੀ ਹਿੰਮਤ ਹੋਏ ਰੋਕੀ ਡਿੱਗ ਪੈ, ਰੋਕੀ ਡਿੱਗ ਪਾ, ਰੋਕੀ ਕਿਉਂ ਡਿੱਗੂਗਾ ਰੋਕੀ? ਓਏ ਓਏ ਅੰਕਲ ਫੜਿਓ। ਸਿੱਧੂ ਸਾਹਿਬ ਤੁਸੀਂ ਵੀ ਗੱਲ ਸੁਣ ਲਿਓ, ਮੈਂ ਤਾਂ ਕਿਹਾ ਸੀ ਰੋਕੀ ਡਿੱਗ ਪਿਆ, ਤੁਹਾਨੂੰ ਪਤਾ ਨਹੀਂ ਕਿਵੇਂ ਸੁਣ ਪਿਆ ਵੀ ਰੋਕੀ ਡਿੱਗ ਪਿਆ। ਤਲਵਾਰ ਦੇ ਜਾ, ਆਪਣਾ ਅੰਕਲ ਲੈ ਜਾ। ਤਲਵਾਰ ਪਿੱਛੇ ਕੂੜੇ 'ਚ ਪਈ ਹੈ, ਆ ਕੇ ਚੱਕ ਲੈ। ਠੀਕ ਹੈ, ਫਿਰ ਤੇਰੇ ਅੰਕਲ ਨੂੰ ਵੀ ਤੂੜੇ 'ਚ ਪਾ ਦਿੰਦੇ ਆ, ਲੱਭ ਲਿਓ। ਡਨ। ਹਾਂ ਜੀ ਹਾਂ ਜੀ, ਥੈਂਕ ਯੂ ਥੈਂਕ ਯੂ। ਕਮ ਕਮ। ਓਕੇ ਹੋ, ਥੈਂਕ ਯੂ ਥੈਂਕ ਯੂ। ਇਜ਼ ਇਟ ਅਰਾਈਵਲ? ਨੋ, ਟੋਇਲਟ। ਹੈਂ, ਪੱਕਾ ਕੋਈ ਪੰਜਾਬੀ ਹੋਣਾ ਜਿਹੜਾ ਮੈਨੂੰ ਇੱਥੇ ਛੱਡ ਗਿਆ। Oh, thank you, thank you. Is it arrival? No, this is toilet. Huh?
ओके थैंक यू इज इट अराइवल नो इट्स टॉयलेट कमाल है जहाज कितने हुण इत्थे तां नहीं उतरन लगे थैंक यू शुक्र करो उछ आ गया तेनू सॉरी रॉकी तू मैं तेनू कदा लगता फिरदा पर कितने बिक्रम नजर नहीं आ रहा ओ तू के नाम लिखिया बड़ा तगड़ा बिजनेस आ इत्थे एयरपोर्ट ते टॉयलेट खोली फिरदा कौन कहंदा वेखला दी करतूत आपां लैण आउणा ही ओ एक दिन दुकान नहीं हां बंद कर सकदा इदा नहीं ए आया अच्छा लैण ओ इत्थे किते लैणा ओ इत्थे लैंडिंग हुंदी आ लैंडिंग नहीं हुंदी ओ इक तां किसदा यार बोला ना होवे हां गूंगा होवे चलो 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 घर चलिए चलो 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 ओ हेलो ओ मैं तुहानू लैण आया मेनू तां लै चलो किथे गए हां चलो मैं अंग्रेजा नूं ही अंडरएस्टिमेट करी गया पर इन्हां नूं पहले ही पता सी तुसीं टॉयलेट च मिलोगे तां ही मैनूं बार बार उत्थे छड्ड के आउंदे सी मैनूं लगदा आपां बहुत वड्डी मुसीबत च फस गए मैं उत्तों आया तुसीं थल्ले खड़े हो किते इह तां नहीं अपने सहुरे इक्को घर च ने ओ एक मिंट ओ तूं उत्ते घुम्मी जा रहा सी थल्ले आ ओ किते इह नहीं अपने सहुरे इक्को घर च आ ओए एही एही आया जी मैनूं लगदा मुंडे वाले आ गए छेती आ जाओ वेलकम जी आयान सत श्री अंकल जी सत श्री अकाल आंटी सत श्री अकाल मैं विक्रमा जी और ओकिया जी ये ने साडे अंकल जी सत श्री अकाल सिद्धू साहब साडे घरे जनानियां नूं नहीं बंदियां नूं साहब कहंदे प्लीज कम आ जाओ चल हुण इधर आओ प्लीज बैठो सत श्री अकाल अंकल सत श्री अकाल सॉरी की गल सोफे दा स्प्रिंग बार सी जेड़ा इहदी गोदी च बह गए ओ नहीं नहीं जी बस जवानी वेले मैं बच्चियां नूं गोद लिया सी हुण बुढ़ापे वेले कदे कदाई बच्चे मैनूं गोद लै लैंदे जी हथ नूं हथ हुंदा तां बथेरिया ही सुणिया सी गोद नूं गोद वी हुंदा अज पता लग्गिया बाई दा वे बेटे की शुभ नाम तुहाडे अंकल दा मेरा बस बच्चे बचपन तो मैनू प्यार नाल अंकल जी कहंदे ने जी छोटे हुंदियां दा घरदियां ने कोई तां ना रख्या ही होऊ कि एडे कनू अंकल जी कहंदे सी तुहाडियां सारियां गल्लां ठीक ने अंकल पहिलां इह ते पुछ लो साडे अंकल दा नाम की आ इह ने मिस्टर ब्राड इह तुहाडे दोहां चों ट्यूबलाइट की ने पसंद कीती आ जी मैं बेटे जदों ये मैं क्वेश्चन पूछ रहा सी उस वेले तुसी दूर किते जंगल पानी गए हो सी ना जमा मुश्किल नहीं हो जी घर लभन च मैनू लगदा है स्टेशन गत फड़दा मखौल करदा ओ, अच्छा टीचर टीचर बेटे की बिजनेस आ तुहाडा हां जी बहुत प्यार करदा जी तुहाडी बेटी नूं ਇਹਦਾ ਬਿਜ਼ਨਸ ਤਾਂ ਆਪਣੇ ਘਰੀ ਚੱਲਦਾ ਮੈਨੂੰ ਪਤਾ ਹੀ ਨਹੀਂ ਮਖੌਲ ਹੈ ਡੈਡ ਓ ਕਿਡਿੰਗ ਨਹੀਂ ਜੀ ਇਹ ਮੋਬਾਈਲ ਕੰਪਨੀ ਦੇ ਕਾਲ ਸੈਂਟਰ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਸੁਣਦਾ ਜੀ ਤੇ ਰੇਲਵੇ ਸਟੇਸ਼ਨ ਤੇ ਪੁੱਛਤਾਛ ਤੇ ਲੱਗਿਆ ਹੈ ਜੀ ਤੇ ਜਨਾਬ ਦਾ ਕੀ ਕਾਰੋਬਾਰ ਹੈ ਉਹ ਮੇਰਾ ਕੈਨੇਡਾ ਦੇ ਵਿੱਚ ਬਹੁਤ ਵੱਡਾ ਕਾਰੋਬਾਰ ਹੈ ਜੀ ਮੇਰਾ ਹਸਪਤਾਲ ਹੈ ਜੀ ਅੱਖਾਂ ਦਾ ਤੁਸੀਂ ਅੱਖਾਂ ਦੇ ਡਾਕਟਰ ਹੋ ਨਹੀਂ ਡਾਕਟਰ ਤਾਂ ਹਾਇਰ ਕੀਤੇ ਹੋਏ ਨੇ ਜੀ ਓ ਬਰਾੜ ਸਾਹਿਬ ਬਸ ਇਹ ਸਮਝ ਲਓ ਕਿ ਮੇਰੀ ਪੂੰਜੀ ਤੇ ਮੇਰੀਆਂ ਬੱਚੀਆਂ ਨੇ ਸੋਚਿਆ ਤਾਂ ਮੈਂ ਇਹ ਸੀ ਕਿ ਆਪਣੀ ਕੁੜੀਆਂ ਦਾ ਵਿਆਹ ਕਿਸੇ ਅਮੀਰ ਖਾਨਦਾਨ ਦੇ ਵਿੱਚ ਕਰੂੰਗਾ ਪਰ ਜਦੋਂ ਮੇਰੀਆਂ ਬੱਚਿਆਂ ਨੇ ਆਪਣੀ ਮੱਤ ਆਪੇ ਮਾਰ ਲਈ ਤੇ ਫਿਰ ਮੈਂ ਉਹਨਾਂ ਦੀ ਸੋਚ ਤੇ ਲੱਤ ਕਿਵੇਂ ਮਾਰ ਸਕਦਾ ਦੇਖੋ ਜੀ ਸਿੱਧੂ ਸਾਹਿਬ ਭਾਵੇਂ ਇਹ ਬੱਚੇ ਮੇਰੇ ਗਰੀਬ ਨੇ ਜੀ ਪਰ ਮੈਂ ਬਹੁਤ ਮੋਟਾ ਕੰਮ ਕਰ ਰਿਹਾ ਕੈਨੇਡਾ ਦੇ ਵਿੱਚ ਮੈਂ ਹਮੇਸ਼ਾ ਆਪਣੇ ਬੱਚਿਆਂ ਦੇ ਨਾਲ ਖੜਾ ਜੀ ਸੋ ਨਾਈਸ ਆਫ ਯੂ ਹੋਰ ਬੇਟੇ ਤੁਸੀਂ ਸੁਣਾਓ ਇਹਦਾ ਕੀ ਨਾਂ ਰੌਕੀ ਆ ਰੌਕੀ ਬੇਟੇ ਆ ਮਲੇਸ਼ੀਆ ਚੰਗਾ ਲੱਗਿਆ ਨਾ ਇੰਡੀਆ ਵਰਗਾ ਹੀ ਆ ਨਾ ਮੈਂ ਦੇਖ ਰਿਹਾ ਤੁਸੀਂ ਜੱਦੇ ਆਏ ਹੋ ਦੰਦੀਆਂ ਜੀਆਂ ਕੱਢੀ ਜਾਂਦੇ ਹੋ ਕੁਛ ਬੋਲਦੇ ਹੈ ਨਹੀਂ ਚੁੱਪ ਕਿਉਂ ਡੈਡੀ ਐਕਚੁਅਲੀ ਇਹ ਥੋੜਾ ਘੱਟ ਹੀ ਬੋਲਦੇ ਨੇ ਓਏ ਹੁਣ ਹਾਂ ਨਾ ਤੋਂ ਘੱਟ ਹੋਰ ਕੀ ਹੋਊ ਇੰਨਾ ਕੁ ਤਾਂ ਬੋਲ ਹੀ ਸਕਦਾ ਕੌਣ ਨਹੀਂ ਬੋਲਦਾ ਇਹਦਾ ਹੀ ਕੋਈ ਗੱਲ ਨਹੀਂ ਸਿੱਧੂ ਸਾਹਿਬ ਇਹ ਚਾਹੁੰਦਾ ਵੀ ਇਹਦਾ ਸੁੱਖੀ ਸਾਂਦੀ ਤੁਹਾਡੀ ਕੁੜੀ ਦੇ ਨਾਲ ਵਿਆਹ ਹੋ ਜਾਏ ਇਸ ਕਰਕੇ ਇਸ ਵਿਚਾਰੇ ਨੇ ਮੌਨ ਵਰਤ ਰੱਖਿਆ ਮੇਰੇ ਬੱਚੇ ਨੇ ਜੀ ਕਹਤਾ ਸੋ ਸਵੀਟ
ਵਿਆਹ ਲਈ ਲੋਕੀ ਸੋਮਵਾਰ ਦਾ ਵਰਤ ਰੱਖਦੇ ਆ ਤਾਂ ਸੁਣਿਆ ਸੀ, ਮੌਨ ਵਰਤ ਵੀ ਰੱਖਦੇ ਆ, ਅੱਜ ਪਤਾ ਲੱਗਿਆ। ਬੇਟੇ ਤੈਨੂੰ ਭੁਲੇਖਾ ਪਿਆ ਹੁਣ, ਮੌਨ ਵਰਤ ਬੰਦੇ ਵਿਆਹ ਤੋਂ ਬਾਅਦ ਰੱਖਦੇ ਹੁੰਦੇ ਆ। ਹਾਂ ਅੰਕਲ, ਤੁਸੀਂ ਕਿਤੇ ਇਹ ਨਹੀਂ ਸੋਚ ਰਹੇ ਕਿ ਰੌਕੀ ਚੁੱਪ ਕਿਉਂ ਬੈਠਾ? ਇਹਨੇ ਦਰਅਸਲ ਮੌਨ ਵਰਤ ਰੱਖਿਆ ਤਾਂ ਕਿ ਜੈਸਿਕਾ ਨਾਲ ਸੁਖੀ ਸਾਂਦੀ ਵਿਆਹ ਹੋ ਸਕੇ। ਇੰਡੀਆ ਮਲੇਸ਼ੀਆ ਤੋਂ 2.5 ਘੰਟੇ ਪਿੱਛੇ ਆ, ਇਹ ਤਾਂ ਉਹ ਤੋਂ ਵੀ ਪਿੱਛੇ ਤੁਰਿਆ ਫਿਰਦਾ। ਕਿੱਥੋਂ ਫੜ ਲਿਆ ਇਹ ਹੈਡਲੈਸ ਸਿਸਟਮ? ਫਿਰ ਮਜ਼ਾਕ ਕਰ ਰਿਹਾ, ਬਹੁਤ ਫਨੀ ਆ। ਹੈਲੋ ਹੈਲੋ, ਕਿੱਥੇ ਰਹਿ ਗਿਆ? ਮੈਂ ਰਸਤੇ ਦੇ ਵਿੱਚ ਹੀ ਆਉਂਦਾ ਵੇ। ਉਹ ਪੰਡਿਤ ਜੀ ਆਉਣ ਵਾਲੇ ਆ, ਛੇਤੀ ਆ। ਆ ਗਿਆ ਮੈਂ ਬਸ ਆ ਗਿਆ ਜੀ, ਮੈਨੂੰ ਜਾਣਾ ਪੈਣਾ, ਬਹੁਤ ਜ਼ਰੂਰੀ ਕੰਮ ਹੈ। ਆ ਮਲੇਸ਼ੀਆ ਵਿੱਚ ਜ਼ਰੂਰੀ ਕੰਮ ਪੈ ਗਿਆ? ਦੋ ਡਰੱਗ ਸ਼ਾਪ ਮਿਲ ਰਹੀਆਂ ਨੇ ਇੱਥੇ ਵੀ ਜੀ, ਬਸ ਉਹਨਾਂ ਦੇ ਡੀਲਰ ਦੇ ਫੋਨ ਆ ਜਾਂਦੇ ਆ, ਬਸ ਸੌਦਾ ਪੱਕਾ ਕਰ ਲੈਣਾ ਆਪਣੇ ਨਾਂ ਤੇ, ਰਜਿਸਟਰੀ ਕਰਾਉਣ ਤੋਂ ਬਾਅਦ ਨਾਲ ਦੀ ਨਾਲ ਬਸ ਆ ਬੱਚਿਆਂ ਦੇ ਨਾਂ ਤੇ ਟ੍ਰਾਂਸਫਰ ਕਰ ਦੇਣਾ ਜੀ। ਜੇ ਇਹ ਗੱਲ ਆ ਫਿਰ ਖੜੇ ਕਿਉਂ ਭੱਜੋ? ਮੈਥੋਂ ਤੁਰਿਆ ਨਹੀਂ ਜਾਂਦਾ, ਇਹ ਭੱਜਣ ਨੂੰ ਕਹੀ ਜਾਂਦਾ। ਹਾਂਜੀ ਆ ਬਸ ਕੁਛ ਨਹੀਂ ਜੀ, ਗਿਆ ਤੇ ਆਇਆ ਬਸ ਸਮਝੋ ਬਸ। ਅੰਦਰ ਕਿੱਥੇ ਚੱਲੇ? ਮੈਂ ਅੰਦਰ ਆ ਗਿਆ। ਉਹ ਬਸ ਜੀ, ਜਿੱਦੂ ਸਾਹਿਬ ਦੇਖ ਰਿਹਾ ਸੀ ਤੁਸੀਂ ਮਕਾਨ ਬਹੁਤ ਸੋਹਣਾ ਬਣਾਇਆ ਜੀ। ਆ ਬੇਟਾ ਰੌਕੀ, ਹੈ ਬੇਟਾ ਮੈਨੂੰ ਬਾਹਰ ਦਾ ਰਸਤਾ ਦਿਖਾਓ। ਬਾਹਰ ਦਾ ਰਸਤਾ ਦਿਖਾਓ? ਮੇਰਾ ਮਤਲਬ ਹੈ ਬਾਹਰੋਂ ਅੰਦਰ ਆਉਣ ਦਾ ਰਸਤਾ ਦਿਖਾਓ। ਲੈ ਚਲੋ ਬੇਟਾ ਲੈ ਚਲੋ। ਓਕੇ ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਬਸ ਗਿਆ ਤੇ ਆਇਆ ਸਮਝੋ। ਸ਼ਾਬਾਸ਼ ਮਲੇਸ਼ੀਆ ਗੌਰਮੈਂਟ ਦੇ ਥਾਂ ਥਾਂ ਤੇ ਖੰਭੇ ਲਵਾ ਰੱਖੇ ਨੇ। ਭੈਣ ਜੀ ਗਲਤ ਨਾ ਸਮਝੋ, ਮੈਂ ਤਾਂ ਆਪਦੇ ਰਿਸ਼ਤੇ ਲਈ ਚੱਲਿਆ ਸੀ, ਕੁੜੀ ਦੇ ਭਰਾ ਨੂੰ ਪਤਾ ਨਾ ਲੱਗੇ ਵੀ ਮੈਂ ਇੰਨਾ, ਇਸ ਕਰਕੇ ਰੋਟੀ ਵੀ ਘਰੇ ਛੱਡਿਆ, ਨਹੀਂ ਤਾਂ ਮੇਰੀ ਕੀ ਮਜ਼ਾਲ ਮੈਂ ਲੋਕਾਂ 'ਚ ਵੱਜਦਾ ਫਿਰਾਂ। ਭੈਣ ਜੀ ਜੇ ਹਜੇ ਵੀ ਨਾਰਾਜ਼ ਹੋ ਤਾਂ ਤੁਹਾਡੀ ਮਰਜ਼ੀ, ਮੈਂ ਕੀ ਕਰ ਸਕਦਾ। ਮੈਂ ਤਾਂ ਤੁਹਾਨੂੰ ਦੂਰ ਹੀ ਦੇਖ ਲਿਆ ਸੀਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਟਿੰਕੂ ਬਹਿ ਜਾ। ਟਿੰਕੂ ਰਿਲੈਕਸ ਹੋ ਕੇ ਬੈਠੋ। ਥੈਂਕ ਯੂ। ਮੈਨੂੰ ਕਾਜਲ ਕਹਿ ਰਹੀ ਸੀ ਵੀ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ। ਹਾਂਜੀ ਹਾਂਜੀ, ਮੈਂ ਕਿਹਾ ਵੀ ਤੁਸੀਂ ਤਾਂ ਇੱਕ ਦੂਜੇ ਨੂੰ ਮਿਲਦੇ ਹੀ ਰਹਿੰਦੇ ਹੋ, ਕਿਉਂ ਨਾ ਮੁੰਡੇ ਨੂੰ ਇੱਕ ਵਾਰੀ ਮੈਂ ਵੀ ਦੇਖ ਲਾਂ। ਵੈਸੇ ਆਪਣਾ ਕੰਮ ਕੀ ਹੈ? ਆਪਣਾ ਤੁਹਾਡਾ ਤਾਂ ਮੈਨੂੰ ਪਤਾ ਨਹੀਂ, ਮੈਂ ਪੰਜਾਬੀ ਗਾਣੇ ਦਾ ਵੀਡੀਓ ਡਾਇਰੈਕਟਰ ਹਾਂ ਜੀ। ਓ ਵੈਰੀ ਗੁੱਡ, ਕੰਮ ਤਾਂ ਬਹੁਤ ਵਧੀਆ ਬਈ। ਮੈਨੂੰ ਇਹ ਦੱਸੋ, ਤੁਸੀਂ ਕਾਜਲ ਨੂੰ ਪਹਿਲੀ ਵਾਰ ਕਿੱਥੇ ਦੇਖਿਆ ਸੀ? ਪਹਿਲੀ ਵਾਰੀ ਤਾਂ ਅੱਜ ਤਾਂ ਹੀ ਨਹੀਂ ਦੇਖਿਆ। ਮੇਰਾ ਮਤਲਬ ਹੈ ਮੈਂ ਗਾਣਾ ਸ਼ੂਟ ਕਰ ਰਿਹਾ ਸੀ, ਕਾਜਲ ਉੱਥੇ ਆਈ ਸੀ, ਉਦੋਂ ਤੋਂ ਕਾਜਲ ਮੇਰੇ ਮਨ 'ਚ ਵਸ ਗਈ। ਵੈਸੇ ਕਾਜਲ ਨੇ ਤੁਹਾਨੂੰ ਦੱਸ ਹੀ ਦਿੱਤਾ ਹੋਣਾ ਵੀ ਮੈਂ ਅਨਾਥ ਹਾਂ। ਨਹੀਂ ਨਹੀਂ, ਮੈਨੂੰ ਕੋਈ ਪ੍ਰੋਬਲਮ ਨਹੀਂ, ਮੈਨੂੰ ਤਾਂ ਬਸ ਮੁੰਡਾ ਇਹੋ ਜਿਹਾ ਚਾਹੀਦਾ ਸੀ ਜਿਹੜਾ ਮੇਰੀ ਕਾਜਲ ਦੀ ਚੰਗੀ ਤਰ੍ਹਾਂ ਦੇਖ ਰੇਖ ਕਰ ਸਕੇ। ਤੁਸੀਂ ਬਾਰ ਬਾਰ ਦੇਖ ਦੇਖ ਕਿਉਂ ਬੋਲ ਰਹੇ ਹੋ? ਹੈ ਮੈਨੂੰ ਕੁਛ ਚੰਗਾ ਨਹੀਂ ਲੱਗ ਰਿਹਾ। ਕਿਉਂ? ਬਸ ਰਹਿਣ ਦੇ ਛੇੜ ਨਾ ਦਰਦਾਂ ਨੂੰ। ਦੇਖ ਵੀ ਕਾਜਲ, ਮੁੰਡਾ ਮੈਨੂੰ ਪਸੰਦ ਹੈ। ਭਾਅ ਜੀ ਤੁਸੀਂ ਸੋਮਵਾਰ ਨੂੰ ਘਰ ਆਇਓ, ਆਪਾਂ ਪੰਡਤ ਨੂੰ ਬੁਲਾ ਕੇ ਤਰੀਕ ਵੀ ਪੱਕੀ ਕਰ ਲਾਂਗੇ, ਅੱਗੇ ਕੀ ਕਰਨਾ ਇਹ ਵੀ ਦੇਖ ਲਾਂਗੇ। ਤੁਸੀਂ ਫੇਰ ਦੇਖ ਦੇਖ ਬੋਲ ਰਹੇ ਹੋ? ਸੋਰੀ ਕਾਜਲ, ਭਾਅ ਜੀ ਕੋਈ ਜ਼ਿਆਦਾ ਗਰਮ ਸਬੰਧ ਜੀ ਕੀ ਫਿਰ? ਨਹੀਂ ਨਹੀਂ ਵੀਰੇ, ਇਹਨਾਂ ਨੂੰ ਮਜ਼ਾਕ ਕਰਨ ਦੀ ਬਹੁਤ ਆਦਤ ਆ। ਜਿਹੜੇ ਮੁੰਡਿਆਂ ਨੂੰ ਤੁਸੀਂ ਕੁੜੀਆਂ ਦੇ ਰਹੇ ਹੋ ਨਾ, ਉਹ ਸਾਰੀ ਉਮਰ ਪਾਪਾ ਨਹੀਂ ਬਣ ਸਕਦੇ। ਮੈਨੂੰ ਪਤਾ। ਸਮਝੋ, ਤੁਸੀਂ ਨਾਨਾ ਨਹੀਂ ਬਣ ਸਕਦੇ। ਮੈਂ ਚਪੇੜ ਮਾਰੂ ਸਾਲ ਦੇ ਰੱਖ ਕੇ ਮੂੰਹ ਤੇ ਇੱਕ। ਮੈਂ ਨਾਨਾ ਭਾਵੇਂ ਬਣਾ ਭਾਵੇਂ ਨਾ ਬਣਾ, ਪਰ ਤੂੰ ਬਹੁਤ ਛੇਤੀ ਮਾਮਾ ਬਣ ਜਾਣਾ। ਇਹ ਜੋ ਜਨਾਨੀ ਨਾਂ ਦਾ ਜੀਵ ਹੈ ਨਾ ਅਮਰੂਆ, ਇਹਨੂੰ ਬਣਾ ਕੇ ਰੱਬ ਨੇ ਸਾਰੀ ਸ੍ਰਿਸ਼ਟੀ ਚੁੱਲ੍ਹੇ 'ਚ ਡਾਹ ਦਿੱਤੀ। ਪਹਿਲਾਂ ਬਣਾਈ ਰੱਬ ਨੇ ਸ੍ਰਿਸ਼ਟੀ, ਫਿਰ ਕੀਤਾ 10 ਦਿਨ ਆਰਾਮ, ਫਿਰ ਬਣਾਇਆ ਬੰਦਾ, ਫਿਰ 10 ਦਿਨ ਆਰਾਮ ਕੀਤਾ, ਫਿਰ ਰੱਬ ਨੇ ਕਰ ਲਈ ਗਲਤੀ ਜਨਾਨੀ ਬਣਾ ਕੇ, ਫਿਰ ਨਾ ਆਪ ਆਰਾਮ ਕੀਤਾ, ਨਾ ਬੰਦੇ ਨੇ ਆਰਾਮ ਕੀਤਾ, ਨਾ ਸ੍ਰਿਸ਼ਟੀ ਨੇ। ਪਰ ਜਨਾਨੀ ਆਪ ਬਹੁਤ ਖੁਸ਼ ਰਹਿੰਦੀ ਹੈ, ਤੂੰ ਪੁੱਛੇਗਾ ਕਿਉਂ? ਉਹਦੇ ਕਿਹੜਾ ਕੋਈ ਘਰ ਵਾਲੀ ਹੁੰਦੀ ਹੈ। ਆ ਵੀ ਦੇਖ ਲੈ ਕਿੰਨਾ ਸਹੀ ਕਹਿੰਦੀ ਆ ਭੈਣੇ, ਤੇਰੀ ਧੀ ਤਾਂ ਮੌਜਾਂ ਕਰੂ ਮੌਜਾਂ, ਰੱਬ ਨੂੰ ਮਨਜ਼ੂਰ। ਉਹ ਕਾਕਾ ਜੀ ਇਹਦੇ ਨਾਲੋਂ ਤਾਂ ਚੱਕ ਹੀ ਲਓ। ਭਾਅ ਜੀ ਮੁੰਡਾ ਕੁੜੀ ਇੱਕ ਦੂਸਰੇ ਨੂੰ ਪਸੰਦ ਕਰ ਲੈਣ, ਫਿਰ ਕਰਦੇ ਆ ਮੂੰਹ ਮਿੱਠਾ। ਗਗਨ ਆ ਜਾ ਬੇਟਾ, ਦੇਖ ਲਾ ਮਸੇ ਸੋਹਣੀ ਹੈਗੀ ਜਿਹੜੇ ਜੀ ਕਿਤੇ ਚੱਟਾ ਖਲਾਰ ਕੇ।
मेरे वालों हाँ है जी हाँ हाँ वो ऐसा कितना हाँ करती बैठ जा असल च जी इन्हें पहले कहता सी भी मेरे को टाइम घट है इन्हें किसे खास कमले शहर जाना इस करके सीधी जी गल कहती जेड़े बंदे को अपनी लाइफ का एडा वड्डा फैसला लैन का टाइम नहीं वो कल नू मेरे ना लाइफ किवें बिताएगा भुआ जी मैं ना तो कुछ सवाल पूछना चाहनी हाँ पुछ पुछ पुत असी पुराने रवाज दे नहीं हैं पुछ ला हाँ धीए पुछ ले बाय द वे की काम जाना सी तुसी काम नू की मैं गन्ने दी पर्ची कटाउण जाना जी उह तां ताई एवें भकाई मारी जांदी है अच्छा ए दसो तुसी व्याह लई इन्नी छेती हाँ किवें करती उह तां जदों दा ताई ने मैनूं दस्सा सी ना कि तुसी चंडीगढ़ पढ़दे हो हाँ तां मेरी उदों निकल गई सी ਤੁਸੀਂ ਆਪ ਕਿੰਨਾ ਪੜ੍ਹੇ ਹੋ ਮੈਂ ਤਾਂ ਬਹੁਤ ਪੜ੍ਹਿਆ ਜੀ ਮੈਂ ਚੌਥੀ ਤੱਕ ਪੜ੍ਹਿਆ ਰਾਤ ਦੇ 12-12 ਵਜੇ ਤੱਕ ਪੜ੍ਹਦਾ ਰਹਿੰਦਾ ਹੁੰਦਾ ਸੀ ਮੈਂ ਬਹੁਤ ਪੜ੍ਹਿਆ ਜੀ ਉਹ ਤਾਂ ਸੁੱਖ ਨਾਲ ਸਾਡੇ ਪਾਪਾ ਜੀ ਦੀ ਕੈਂ ਬੋਲ ਗਈ ਸੀ ਤਾਂ ਕੈਂ ਤੂੰ ਤਾਂ ਚੁੱਪ ਹੀ ਕਰ ਜਾ ਉਹ ਜੀ ਇਹਨਾਂ ਦੇ ਪਾਪਾ ਜੀ ਪੂਰੇ ਹੋ ਗਏ ਸੀ ਛੋਟੇ ਹੁੰਦਿਆਂ ਦੇ ਨਿੱਕੇ ਨਿੱਕੇ ਨਿਆਣਿਆਂ ਦੇ ਉੱਤੇ ਬੋਝ ਪੈ ਗਿਆ ਘਰ ਦਾ ਪੜ੍ਹਾਈ ਛੱਡਣੀ ਪੈ ਗਈ ਪੜ੍ਹਨ ਨੂੰ ਤਾਂ ਬਹੁਤ ਹੁਸ਼ਿਆਰ ਸੀ ਤੁਸੀਂ ਕੁਛ ਹੋਰ ਪੁੱਛਣਾ ਤਾਂ ਪੁੱਛ ਲਓ ਨਹੀਂ ਜੀ ਡਿਸੀਜਨ ਲੈ ਲਈਏ ਨਾ ਕਾਫੀ ਹੈ ਕੀ ਲੈਣ ਲਈ ਫੈਸਲਾ ਨਾ ਹੁਣ ਤੂੰ ਦੱਸ ਪੰਤੀ ਜੇ ਮੈਂ ਹੁਣ ਪੜ੍ਹਿਆ ਲਿਖਿਆ ਨਹੀਂ ਤਾਂ ਇਹਦੇ 'ਚ ਮੇਰਾ ਕੋਈ ਕਸੂਰ ਹੈ ਨਹੀਂ ਕਸੂਰ ਤਾਂ ਉਦੋਂ ਹੀ ਆ ਵਿਚਾਰੀ ਦਾ ਜਿਹੜੀ ਆਪ ਪੜ੍ਹ ਲੇਗੀ ਮੈਨੂੰ ਕਹਿੰਦੀ ਤੂੰ ਦੇਸੀ ਆ ਤੈਨੂੰ ਕੁਛ ਨਹੀਂ ਪਤਾ ਨਾ ਹੁਣ ਵਿਆਹ 'ਚ 4 ਲਾਵਾਂ ਹੀ ਲੈਣੀਆਂ ਹੁੰਦੀਆਂ ਨੇ ਹੋਰ ਉੱਥੇ ਮਨੀਮੀ ਕਰਨੀ ਹੈ ਇਹ ਜਿਹੜਾ ਜਨਾਨੀ ਨਾਂ ਦਾ ਜੀਵ ਹੈ ਨਾ ਭੋਲਿਆ ਪੰਛੀਆ ਇਹਦੇ ਮਨ ਦੀਆਂ ਨਹੀਂ ਕੋਈ ਸਮਝ ਸਕਿਆ ਇਹਦਾ ਪਤਾ ਨਹੀਂ ਕਿਹਨੂੰ ਕਿਹੜੇ ਵੇਲੇ ਹਾਂ ਕਰਦੇ ਅਤੇ ਕਿਹਨੂੰ ਕਿਹੜੇ ਵੇਲੇ ਨਾ ਕਰਦੇ ਇਸੇ ਕਰਕੇ ਇਸ ਚੱਕਰ 'ਚ ਮੈਂ ਨਹੀਂ ਪਿਆ ਨਹੀਂ ਮੇਰੇ ਮਗਰ ਥੋੜੀਆਂ ਦੀ ਕੋਈ ਭੰਤੀ ਭੰਤੀ ਕਰਦੀਆਂ ਫਿਰਦੀਆਂ ਮੈਂ ਤਾਂ ਆਪ ਤੈਨੂੰ ਇਹੀ ਸਲਾਹ ਦਿੰਦਾ ਵੀ ਆਹ ਵਿਆਹ ਬੂਹ ਵਾਲੇ ਚੱਕਰ 'ਚ ਪੈਣੋਂ ਰਹਿਣ ਦੇ ਜਿਹੜੇ 4 ਛਿੱਲੜ ਨੇ ਤੇਰੇ ਕੋਲੇ ਚੁੱਪ ਕਰਕੇ ਉਹਨਾਂ ਦੀ ਇੱਕ ਮੱਝ ਲੈ ਲੈ ਘਰੇ ਰੱਖਣ ਵਾਸਤੇ ਨਾ ਹੋਰ ਮੱਝ ਸਕੂਲ ਭੇਜੀ ਦੀ ਹੈ ਉਹ ਮੇਰੀ ਰੋਟੀ ਹੈ ਸੜਾ ਦੀ ਦੀ ਇਹ ਤੁਹਾਡਾ ਮੁੰਡਾ ਡੈਡੀ ਤੁਸੀਂ ਸਾਤੂ ਨੂੰ ਕੋ ਰੱਖਿਆ ਕਿਹੜਾ ਕੁੱਤਾ ਕਹਿੰਦਾ ਹੈ ਮੇਰਾ ਮੁੰਡਾ ਮੈਂ ਕਹਿਣਾ ਇਹ ਤਾਂ ਸਾਲਾ ਪਾਗਲ ਆ ਤੂੰ ਇਹਦਾ ਯਕੀਨ ਕਰ ਲਿਆ ਉਹ ਤੂੰ ਭੌਂਕ ਕੁਛ ਹੁਣ ਮੇਰੀ ਸੁਣਦਾ ਕੌਣ ਆ ਤੁਹਾਡੇ ਚੋਂ ਘੰਟੇ ਦਾ ਤੇ ਭੌਂਕੀ ਜਾਂਦਾ ਮੈਂ ਤਾਂ ਹੁਣ ਬਸ ਵੱਟੂੰਗਾ ਉਹ ਕੋਈ ਇੱਥੇ ਸਿਆਣਾ ਹੈ ਕਿ ਸਾਰੇ ਕਮਰੇ ਇਕੱਠੇ ਹੋਏ ਹੋ ਉਹ ਮਾਹੀ ਤੂੰ ਤਾਂ ਸਿਆਣੀ ਆ ਕੁਛ ਤੂੰ ਹੀ ਬੋਲ ਆਹੋ ਤੈਨੂੰ ਦਾਪੀ ਸਿਆਣੀ ਲੱਗਣੀ ਹੈ ਤੂੰ ਸਾਲਿਆ ਹੁਣ ਆਪਣਾ ਨਵਾਂ ਰਫੜ ਪਾ ਕੇ ਬਹਿ ਜਾ ਉਹ ਮਾਹੀ ਤੂੰ ਦੱਸ ਕਿ ਤੇਰਾ ਘਰ ਵਾਲਾ ਇਹ ਜਸ ਪਲੀਜ਼ ਮੈਨੂੰ ਬਾਹਰ ਲੈ ਜਾਓ ਨਹੀਂ ਤਾਂ ਮੈਂ ਪਾਗਲ ਹੋ ਜਾਊਂਗੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਅੰਦਰ ਜਾਣ ਦਾ ਕੋਈ ਫਾਇਦਾ ਨਹੀਂ ਚਲੋ ਏ ਜੱਫੀਆਂ ਉਹਨੂੰ ਨਹੀਂ ਇਹਨੂੰ ਪਾ ਉਹ ਮੈਂ ਪਾਵਾਂ ਜੱਫੀਆਂ ਤੈਨੂੰ ਹੈ ਓ ਸਰਪੰਚਾ ਕੀ ਵੋਟਾਂ ਮੰਗਣਾ ਹੈ ਇੱਥੇ ਮਾਰ ਸਾਲ ਦੇ ਧੌਣ ਚ ਆਪਣੀਆਂ ਧੌਣ ਫੜੀ ਖੜਾ ਨਾ ਤੂੰ ਮੇਰੀ ਧੌਣ ਫੜ ਲਾ ਮੈਂ ਉਹਦੀ ਧੌਣ ਫੜ ਲੂ ਆ ਪਾ ਧੌਣ ਨੂੰ ਹੱਥ ਤੈਨੂੰ ਦੱਸਾਂ ਪਤਾ ਮੈਂ ਉਹ ਬਾਈ ਧੌਣ ਫੜੀ ਥੋੜੀ ਹੈ ਹਾਲੇ ਸਲਾਈ ਕੀਤੀ ਹੈ ਹੈ ਸੁਣਦੇ ਮੇਰੀ ਗੱਲ ਚੁੱਪ ਹੋ ਜਾਓ ਸਾਰੇ ਖਾਮੋਸ਼ ਖਾਮੋਸ਼ ਕਿਉਂ ਕਹਿ ਰਿਹਾ ਮੁੰਡੇ ਨੂੰ ਘੇਰੀ ਨੇ ਤਾਂ ਹੋਰ ਕੀ ਕਰੀਏ ਮੇਰੀ ਨੂੰਹ ਨੂੰ ਭਜਾ ਕੇ ਲੈ ਚੱਲਿਆ ਸੀ ਨਾ ਜਦੋਂ ਪਹਿਲਾਂ ਲੈ ਕੇ ਭੱਜਿਆ ਸੀ ਉਹਦੇ ਤਾਂ ਕੁਛ ਬੋਲਿਆ ਨਹੀਂ ਹਾਏ ਰੱਬਾ ਮੈਂ ਫਾਹਾ ਲੈ ਲੈਣਾ ਇੱਕ ਮਿੰਟ ਤੁਸੀਂ ਕੌਣ ਹੋ ਮੈਂ ਕੁੜੀ ਦਾ ਪਿਓ ਜਦੋਂ ਪਿਓ ਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਉਹਦੀ ਧੀ ਕਿਸੇ ਨਾਲ ਭੱਜੀ ਹੈ ਤਾਂ ਤੁਹਾਨੂੰ ਕੀ ਪ੍ਰੋਬਲਮ ਹੈ ਮੈਨੂੰ ਪ੍ਰੋਬਲਮ ਹੈ ਕਿਉਂਕਿ ਇਹਦੀ ਧੀ ਇਹਦੇ ਨਾਲ ਨਹੀਂ ਉਹਦੇ ਨਾਲ ਵਿਆਹੀ ਹੋਈ ਹੈ ਨਹੀਂ ਭਾਜੀ ਵੀਜ਼ਾ ਤੂੰ ਖੁਦ ਭੁੱਲ ਜਾ ਕਾਕਾ ਉਹ ਨਾ ਕਰੀ ਦੁਬਾਰਾ ਓਏ ਪਹਿਲਾਂ ਕੁੜੀ ਤੋਂ ਤਾਂ ਪੁੱਛ ਲੋ ਇਹ ਕਿਹਦੇ ਨਾਲ ਭੱਜਣਾ ਚਾਹੁੰਦੀ ਹੈ ਐਕਸਕਿਊਜ਼ ਮੀ ਯਾਰ ਜਿਹਨੇ ਮੇਰੀ ਭੈਣ ਨੂੰ ਭਜਾ ਕੇ ਲੈ ਕੇ ਜਾਣਾ ਲੈ ਜਾਓ ਪਹਿਲਾਂ ਮਿਸਟਰ ਵੱਲੋਂ ਦੀ ਸਾਈਨ ਕਰੋ ਓਏ ਤੂੰ ਭਰਾ ਮਰ ਲੋ ਜੀ ਇਹਨੇ ਤਾਂ ਸਾਰੀ ਗੱਲ ਹੀ ਮਕਾਤੀ ਭਰਾ ਹੋਏ ਤਾਂ ਇਹ ਜਾ ਚਲੋ ਸਾਰੇ ਟੈਂਸ਼ਨ ਵੇਲੇ ਹੋ ਗਏ ਬਹੁਤ ਹੋ ਗਿਆ ਤਮਾਸ਼ਾ ਪਹਿਲਾਂ ਮੈਨੂੰ ਸਾਰੇ ਜਾਣੇ ਇਹ ਦੱਸੋ ਮੇਰੀ ਧੀ ਕਿਹਦੇ ਨਾਲ ਵਿਆਹੀ ਹੈ ਇਹਦੇ ਨਾਲ ਓਏ ਬਕਵਾਸ ਬੰਦ ਕਰੋ ਇਹ ਤਾਂ ਸਾਰੇ ਮੇਰੇ ਇੱਕ ਮਿੰਟ ਹੁਣ ਜੇ ਕੋਈ ਵਿੱਚ ਬੋਲਿਆ ਨਾ ਤਾਂ ਮੈਂ ਗੋਲੀ ਮਾਰ ਦੂੰ ਇੱਕ ਜਣੇ ਨੂੰ ਬੋਲਣ ਦਿਓ ਹਾਂ ਯੂ ਕੈਰੀ ਔਨ ਢਿੱਲੋਂ ਜੀ ਹੁਣ ਇਹ ਮੰਨੋ ਭਈ ਇਹ ਥੋਟਾ ਮੁੰਡਾ ਹੈ ਹੁਣ ਮੈਂ ਤੇਰੇ ਗੋਲੀ ਮਾਰੂ ਇਹ ਤਾਂ ਮੇਰਾ ਮੁੰਡਾ ਹੈ ਓਏ ਮਾਰੋ ਮੈਨੂੰ ਮਾਰੋ ਅੰਕਲ ਅੱਗੇ ਘੱਟ ਪ੍ਰੋਬਲਮ ਹੈ ਤੁਸੀਂ ਹੋਰ ਵਧਾਈ ਜਾਂਦੇ ਹੋ ਹਨੀ ਇਹਨਾਂ ਦਾ ਮੁੰਡਾ ਹੈ ਜਸ ਤੁਸੀਂ ਕੁਝ ਬੋਲੋ ਨਾ ਛੱਡ ਆਪਾਂ ਕੀ ਲੈਣਾ ਬੋਲ ਕੇ ਕੋਈ ਸ਼ਰਮ ਕਰ ਕੋਈ ਸ਼ਰਮ ਲੋਕ ਤੇਰੇ ਪਿਓ ਨੂੰ ਝੂਠਾ ਪਾਈ ਜਾਂਦੇ ਆ ਤੇ ਤੂੰ ਸਾਲਾ ਕਹਿੰਦਾ ਆਪਾਂ ਕੀ ਲੈਣਾ ਵਾਟ ਡੂ ਯੂ ਮੀਨ ਬਾਈ ਪਿਓ ਪਿਓ ਹੋਵੋਗੇ ਹਨੀ ਦੇ ਓਏ
ਮੈਂ ਇਹਦਾ ਪਿਓ ਆ, ਇਹ ਮੇਰਾ ਮੁੰਡਾ ਹੈ। ਓ ਗੋਡ, ਸਾਲਾ ਡੁੱਬ ਕੇ ਮਰ ਜਾ, ਹੋਰਾਂ ਦੀਆਂ ਨੂੰ ਭਜਾਈ ਫਿਰਦਾ, ਆਪਣੇ ਵਾਲੀ ਨੂੰ ਸਾਹਮ ਜਿਹੜੀ ਕਮਲੀ ਹੋਈ ਫਿਰਦੀ ਹੈ। ਕਮਲੇ ਤਾਂ ਤੁਸੀਂ ਹੋਏ ਫਿਰਦੇ ਹੋ, ਮੈਂ ਹਨੀ ਦੀਦੀ ਜਸਤੀ ਘਰ ਵਾਲੀ ਹਾਂ। ਅੱਛਾ, ਤੂੰ ਤਾਂ ਬਿੰਦਕ ਨੂੰ ਕਹੇਗੀ ਮੈਂ ਜਸ ਦਾ ਪਿਓ ਵੀ ਨਹੀਂ। ਹਾਂ, ਇਹਨਾਂ ਦੇ ਫਾਦਰ ਤਾਂ ਮਰ ਚੁੱਕੇ ਨੇ। ਅਜੇ ਨਹੀਂ ਮਰਿਆ, ਤੂੰ ਦੇਖਦੀ ਜਾ, ਹੁਣ ਮਰੂਗਾ, ਤੇਰੀਆਂ ਅੱਖਾਂ ਸਾਹਮਣੇ ਮਰੂਗਾ, ਪਸਤੌਲ ਦੇ। ਓਏ ਓਏ, ਮਰਨਾ ਹੈ ਤਾਂ ਜੀ ਸੱਚੀ ਮਰੋ, ਪਰ ਮੇਰੀ ਪਸਤੌਲ ਨਾਲ ਹੀ ਕਿਉਂ? ਮੈਂ ਤਾਂ ਜਿਹੜੀ ਇੱਕ ਗੋਲੀ ਚਲਾਈ ਹੈ ਉਹਦਾ ਵੀ ਮਹਿਕਮੇ ਨੂੰ ਹਿਸਾਬ ਦੇਣਾ ਔਖਾ ਹੋ ਜਾਣਾ, ਇਹਦਾ ਕਿੱਥੇ ਦਾਂਗਾ? ਅੱਗੇ ਪੁਲਿਸ ਵਾਲੇ ਬੜੇ ਗੋਲੀਆਂ ਦਾ ਹਿਸਾਬ ਦਿੰਦੇ ਆ। ਸਾਰੇ ਤੰਦੀ ਵੱਡੀ ਆ, ਦੇਖੋ ਬਾਜੀ, ਰੱਬ ਦਾ ਵਾਸਤਾ ਤੁਸੀਂ ਠੰਡੇ ਦਿਮਾਗ ਨਾਲ ਦੱਸੋ ਕਿ ਤੁਹਾਨੂੰ ਪ੍ਰੋਬਲਮ ਕੀ ਹੈ। ਓਏ ਦੱਸਾਂ ਤਾਂ ਤਾਂ, ਜੇ ਮੇਰੀ ਕੋਈ ਸਾਲਾ ਸੁਣੇ, ਉਹ ਮੇਰਾ ਮੁੰਡਾ, ਮੇਰੀ ਗੰਦੀ ਉਲਾਦ, ਇਹ ਉਹਦੀ ਘਰ ਵਾਲੀ ਆ, ਇਹ ਮੇਰਾ ਕਿਰਾਏਦਾਰ ਆ, ਸਾਲਾ ਮੇਰੀ ਨੂੰਹ ਨੂੰ ਲੈ ਕੇ ਭੱਜ ਗਿਆ। ਅਸੀਂ ਕੁੱਤਿਆਂ ਜਿਹੜੇ ਪੌਂਕੀ ਜਾਂਦੇ ਆ, ਇਹ ਤੇਰਾ ਮੁੰਡਾ ਹੈ, ਮੇਰੀ ਧੀਏ ਦੇ ਨਾਲ ਵਿਆਹੀ ਹੈ। ਉਹ ਇਹਦੇ ਨਾਲ ਨਹੀਂ, ਇਹਦੇ ਨਾਲ ਵਿਆਹੀ ਹੈ। ਉਹ ਇਹਦੇ ਨਾਲ ਤਾਂ ਮੇਰੀ ਭੈਣ ਵਿਆਹੀ ਹੈ। ਨਹੀਂ, ਇਹ ਤਾਂ ਸਾਡੇ ਕਿਰਾਏਦਾਰ ਨਾਲ ਵਿਆਹੀ ਹੈ। ਓਏ ਹੁਣ ਇਹ ਕੌਣ ਹੈ? ਸਾਡਾ ਨੌਕਰ ਹੈ। ਲੋ ਹਾਏ ਓਏ, ਹੁਣ ਨੌਕਰ ਵੀ ਬੋਲਣ ਲੱਗ ਪਏ। ਤੂੰ ਚੁੱਪ ਕਰਕੇ ਖੜਾ ਇੱਥੇ, ਮੈਂ ਸਮਝਦਾ ਸੀਗਾ ਤੂੰ ਮੈਨੂੰ ਹੀ ਕਮਲਾ ਕੀਤਾ ਹੈ, ਇੱਥੇ ਤਾਂ ਅੱਧੀ ਦੁਨੀਆ ਕਮਲੀ ਕੀਤੀ ਹੋਈ ਹੈ ਤੂੰ। ਮੈਂ ਪੁੱਛਦਾ ਤੇਰਾ ਅਸਲੀ ਬਾਪ ਕੌਣ ਹੈ? ਉਹ ਦੱਸ ਤੇਰਾ ਅਸਲੀ ਬਾਪ ਕੌਣ ਹੈ? ਸਾਲੀ ਗੰਦੀ ਔਲਾਦ, ਨਾ ਮਜ਼ਾ ਨਾ ਸਵਾਦ। ਭੈਣੀ ਕੁਛ ਸਮਝ ਆ ਰਿਹਾ? ਸਮਝ ਤਾਂ ਕੁਛ ਨਹੀਂ ਆ ਰਿਹਾ ਚੈਰੀ ਪੁੱਤਰ, ਪਰ ਸਵਾਦ ਬਹੁਤ ਆ ਰਿਹਾ। ਉਹ ਇੱਧਰ ਉੱਧਰ ਕੀ ਝਾਕ ਰਿਹਾ? ਉਹਨਾਂ ਤੋਂ ਪੁੱਛ ਕੇ ਦੱਸੇਗਾ ਤੇਰਾ ਬਾਪ ਕੌਣ ਹੈ। ਓਏ ਤੂੰ ਮੇਰਾ ਪੁੱਤਰ ਨਾ, ਉਹ ਬੋਲ, ਤੂੰ ਕਿਹਦਾ ਪੁੱਤਰ? ਤੂੰ ਮੇਰਾ ਪੁੱਤਰ ਨਾ। ਨਹੀਂ, ਓਏ ਪੁੱਤ ਕਪੂਤ ਹੋ ਗਏ, ਪੁੱਤ ਕਪੂਤ ਹੋ ਗਏ, ਮੈਂ ਲੱਗਿਆ ਮਰਨ, ਮੈਂ ਮਰਨ ਲੱਗਿਆ। ਸਤਿ ਸ੍ਰੀ ਅਕਾਲ ਦਾਦਾ ਜੀ। ਸਤਿ ਸ੍ਰੀ ਅਕਾਲ ਧੀਏ, ਜਿਉਂਦੀ ਰਹਿ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਹੈ? ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਅੱਛਾ, ਪਹਿਲਾਂ ਪੰਜਾਬੀ ਤਰੀਕੇ ਨਾਲ ਮਿਲਣੀ ਹੋਵੇਗੀ। Enough! Okay, now, ਅੰਗਰੇਜ਼ੀ ਸਟਾਈਲ ਦੀ ਮਿਲਣੀ। ਓਏ ਇਹ ਕੀ ਕਹੀ ਜਾਂਦੇ ਆ? ਇਹ ਕੀ ਆ? ਇਹ ਨਵੀਂ ਜਵਾ ਖੜਾ ਕਰੀ ਜਾਂਦੇ ਹੈ ਅੰਗਰੇਜ਼ੀ ਸਟਾਈਲ? ਆਹ ਕੋਈ ਪੰਗੇ ਵਾਲੀ ਗੱਲ ਹੀ ਹੋਣੀ ਹੈ, ਪ੍ਰਾਹੁਣਿਆਂ ਨੂੰ ਭੇਜਦੇ। ਦੇਖੋ ਤੁਸੀਂ ਘਰ ਦੇ ਪ੍ਰਾਹੁਣੇ ਹੋ, ਤੁਸੀਂ ਚਲੋ ਅੱਗੇ। ਹਾਂਜੀ, ਤੁਹਾਡਾ ਬਣਦਾ ਹੈ। ਚਲੋ ਆਪਾਂ ਹੀ ਚਲੇ ਜਾਂਦੇ ਹਾਂ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਲਾਟਰੀ ਲੱਗ ਗਈ। ਸਾਲੇ ਜੈਲਸ ਕਰਦੇ ਨੇ। ਇਸ ਤਰੀਕੇ ਦੇ ਨਾਰੇ ਕਿਉਂ ਲੱਗ ਰਹੇ ਨੇ? ਉਹ ਆਜ਼ਾਦੀ ਤੋਂ ਬਾਅਦ ਵਾਲੀ ਤਰੱਕੀ ਨਹੀਂ ਹੋਈ ਸਾਡੇ, ਤੋ ਹਾਲੇ ਵੀ ਪੁਰਾਣੇ ਨਾਰੇ ਲੱਗੀ ਜਾਂਦੇ ਆ। ਹਾਂ, ਬਚਾ ਰਹੇ ਐਲਬਰਟ ਸਾਹਿਬ, ਇਹਨਾਂ ਨੂੰ ਲੱਗ ਰਿਹਾ ਇਹ ਨਾਰੇਬਾਜ਼ੀ ਇਹਨਾਂ ਦੇ ਸਵਾਗਤ ਵਿੱਚ ਕੀਤੀ ਜਾ ਰਹੀ ਹੈ। ਵੈਲਕਮ ਟੂ ਇੰਡੀਆ, ਇਟਸ ਗ੍ਰੇਟ ਟੂ ਬੀ ਹੇਅਰ, ਕੁਆਈਟ ਅ ਬਿਟ ਆਫ ਐਕਸਾਈਟਮੈਂਟ ਫ্রম ਮਾਈ ਅਰਾਈਵਲ, ਆਰਗੇਨਾਈਜ਼ਡ ਫੰਕਸ਼ਨ ਆਫ ਸਮ ਕਾਈਂਡ। ਯੈਸ, ਹਾਂ, ਹਾਊ ਆਰ ਯੂ ਅਲੀਸ਼ਾ? ਆਹ, ਵੇਅਰ ਇਜ਼ ਯੂਰ ਗ੍ਰੈਂਡਫਾਦਰ? ਹਾਂ, ਹਾਂ,
Yes, Buddha. Oh, Uncle. Papa ji, kisu na maryo. Sada kare. Budda hoega tu. Budda hoega tera pyo. Budda hoega tera khandan. Main tera sir paad na dang maar ke dassan tenu main. Na Papa ji, galti lag gayi ni. What happened? Please don't say Buddha. You're being rude. Yes. Julia told me it was a term of respect. Ki kehnda hai? Enu ka hath jod ke mere samne khada hove. Kehnu? Hath kyon? ਸਾਡੇ ਪਿੰਡ ਦਾ ਰਿਵਾਜ਼ ਆ ਕੁੜੀ ਵਾਲਿਆ ਹੱਥੇ ਜੁੜਨੇ ਪੈਣੇ ਹਾਂ ਬਹੁਤ ਮਾੜਾ ਰਿਵਾਜ਼ ਹੈ ਓਕੇ ਅੰਕਲ ਪਲੀਜ਼ ਜੁਆਇਨ ਯਰ ਹੈਂਡਸ ਲਾਈਕ ਦਿਸ ਇਟਸ ਅ ਕਲਚਰ ਹੇਅਰ ਆਲ ਰਾਈਟ ਬਾਪੂ ਜੀ ਬਾਪੂ ਜੀ ਜੇ ਹੋ ਗਿਆ ਤੇ ਚਲੀਏ ਇਹਨੂੰ ਸਟੇਜ ਤੇ ਲੈ ਗਿਆ ਨਜਰ ਸਿੰਘ ਜਿੰਦਾਬਾਦ 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 ਰਿਵਾਜ ਨਜਰ ਸਿੰਘ ਜਿੰਦਾਬਾਦ ਨਜਰ ਸਿੰਘ ਜਿੰਦਾਬਾਦ ਸਭ ਤੋਂ ਪਹਿਲਾਂ ਗੋਰੇ ਤੋਂ ਮਾਫੀ ਮੰਗਵਾਈ ਜਾਵੇ ਹਾਂ ਹਾਂ ਮਾਫੀ ਮੰਗਵਾਈ ਜਾਵੇ ਮੰਗਾਉਣੇ ਆ ਕੋਈ ਨਾ ਓ ਕਾਲੇ ਹਾਂਜੀ ਇਹਨੂੰ ਕਹ ਪਿੰਡ ਵਾਲਿਆਂ ਤੋਂ ਮਾਫੀ ਮੰਗੇ ਹੱਥ ਜੋੜ ਕੇ ਹਾਂਜੀ ਹਾਂਜੀ ਵਾਈ ਸਾਡੇ ਪਿੰਡ ਦਾ ਨੇ ਕੋਰ ਵਾਜ਼ਾ ਸਮੇਂ ਦੇ ਬਹੁਤ ਪਾਬੰਦ ਹੈ ਲੋਕ ਤੇ ਮਾਫੀ ਤੇ ਮੰਗਣੀ ਪੈਣੀ ਨਾ ਆਪਾਂ ਲੇਟ ਹੈ 5 ਮਿੰਟ ਓ ਓਕੇ ਅੰਕਲ ਯੂ ਹੈਵ ਟੂ ਅਪੋਲੋਜਾਈਜ਼ ਬਿਕਾਜ਼ ਵੀ ਵਰ ਲੇਟ ਵਾਈ ਸ਼ੁਡ ਆਈ ਅਪੋਲੋਜਾਈਜ਼ ਹੀ ਇਸ ਦਾ ਵਨ ਹੂ ਮੇਡ ਅਸ ਲੇਟ ਸਨਿਓਰਟੀ ਦੇ ਬੇਸ ਤੇ ਬਣਦਾ ਤੇ ਇਹਨਾਂ ਦੀ ਆਈ ਨਾਲੇ ਮੈਂ ਤੇ ਮਾਫੀ ਮੰਗਦਾ ਨਹੀਂ ਪਿੰਡ ਵਾਲੇ ਤੋਂ ਬਜ਼ੁਰਗ ਨੇ ਅਪੈਰੈਂਟਲੀ ਯੂ ਆਰ ਦ ਵਨ ਹੂ ਸੀਨੀਅਰ ਸੋ ਯੂ ਹੈਵ ਟੂ ਸੇ ਇਟ another cute cultural oddity well what the hell hello can you hear me everyone hello is this working hi I just wanted to say that I am profoundly sorry I apologize that we were late ਉਹ ਆ ਕੀ ਭੌਂਕੀ ਜਾਂਦਾ ਬਾਈ ਉਹ ਸਾਲਾ ਅਨਪੜ੍ਹ ਆ ਕੀ ਬੋਲ ਰਿਹਾ ਆ ਗੱਲ ਸੀ ਬਾਪੂ ਜੀ ਸੌਰੀ ਕਿਆ ਸੌਰੀ ਆ ਮਾਫੀ ਮੰਗ ਲਈ ਨਜਰ ਸਿੰਘ ਜਿੰਦਾਬਾਦ ਨਜਰ ਸਿੰਘ ਜਿੰਦਾਬਾਦ ਨਜਰ ਸਿੰਘ ਮੈਨੂੰ ਖੁਸ਼ ਹੋ ਗਿਆ ਆਈ ਐਮ ਵੈਰੀ ਐਲਬਰਟ ਸਾਹਿਬ ਕਹਿ ਰਹੇ ਨੇ ਕਿ ਮੈਂ ਅੱਜ ਬਹੁਤ ਖੁਸ਼ ਹਾਂ ਗਰੀਬ ਲੋਕਾਂ ਨੂੰ ਵੇਖ ਕੇ ਲਓ ਜੀ ਕਾਲਾ ਸਾਹਿਬ ਫਸ ਗਏ ਹੁਣੇ ਕੀ ਕਰਨਗੇ ਓਏ ਇਹ ਅੰਗਰੇਜ਼ੀ ਚ ਬੋਲ ਕੀ ਰਿਹਾ ਜੀ ਪੰਜਾਬੀ ਦਾ ਦੱਸੋ ਮੈਂ ਕਰਦੀ ਹਾਂ ਇੱਕ ਮਿੰਟ ਮੈਂ ਕਰਦਾ Speak. I'm happy to see you, poor people of Punjab. Aha, ki kehta hai oye? Kehnda ke Punjab de in ameer te bahadur loka samne mera sir chukda hai. We ruled over Assi tuhade te 100 saal raj kita hai. ਇਹ ਕਹਿ ਰਿਹਾ ਕਿ ਮੈਨੂੰ ਇੱਥੇ ਦਾ ਭੰਗੜਾ ਬਹੁਤ ਪਸੰਦ ਹੈ ਤੁਹਾਡੇ ਜੀਵਨ 'ਚ ਜੋ ਵੀ ਤਰੱਕੀ ਹੋਈ ਹੈ ਉਹ ਸਿਰਫ ਤੇ ਸਿਰਫ ਸਾਡੇ ਕਰਕੇ ਹੈ ਓ ਕੀ ਕਹਤਾ ਓਏ ਉਹ ਇਹ ਕਹਿੰਦਾ ਕਿ ਮੈਨੂੰ ਦੁੱਖ ਹੈ ਕਿ ਮੇਰੀ ਖੋਖੜੀ ਹੈ ਜਿੱਥੇ ਨੂੰ ਹੁੰਦੀਆਂ ਤਾਂ ਮੈਂ ਤੇਰੇ ਨਾਲ ਪਾਲੇ ਤੇਰੇ ਨਾਲ ਤੇ ਜੀ ਤਾਂ ਤੇਰੇ ਨਾਲ ਵਿਆਹ ਦਿੰਦਾ ਮੈਂ ਰੱਬ ਅੱਗੇ ਅਰਦਾਸ ਕਰਦਾ ਕਿ ਤੁਹਾਡੀ ਗਰੀਬੀ ਤੁਹਾਨੂੰ ਖਾ ਨਾ ਜਾਏ ਹਾਂਜੀ ਇਹ ਕਹਿ ਰਿਹਾ ਕਿ ਤੁਸੀਂ ਜੋ ਵੀ ਖਾਓ ਮੇਰੇ ਸਿਰ ਮੱਥੇ ਤੇ ਮੋਢਿਆਂ ਤੇ ਹੈ ਉਹ ਯਾਰ ਉਹ ਕਹਿੰਦਾ ਤੁਸੀਂ ਭਾਵੇਂ ਮੇਰੇ ਛਿੱਤਰ ਮਾਰ ਲਓ ਦੇਖਦੇ ਕੀ ਉਹ ਮਾਰੋ ਛਿੱਤਰ ਸਾਹਿਬ ਤੁਸੀਂ ਤੇ ਅਕਲ ਕਰੋ ਯਾਰ ਹਾਂ ਠੀਕ ਹੈ ਚੱਲ ਸ਼ਾਮ ਨੂੰ ਸਹੀ ਫਿਰ ਐਲਬਰਟ ਸਾਹਿਬ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਇਹਨਾਂ ਨੇ ਜੁੱਤੀਆਂ ਕਿਉਂ ਲਾ ਲਈਆਂ ਰਿਸਪੈਕਟ ਯੂਅਰਸ ਰਿਸਪੈਕਟ ਰਿਸਪੈਕਟ ਵੈਲ ਆਈ
ਮੈਨੂੰ ਖੁਸ਼ੀ ਹੈ ਕਿ ਤੁਸੀਂ ਸਮਝਦੇ ਹੋ ਕਿ ਸਾਥੋਂ ਵਧੀਆ ਤੁਹਾਡੇ ਤੇ ਕੋਈ ਰਾਜ ਨਹੀਂ ਕਰ ਸਕਦਾ ਇਹ ਕਹਿੰਦਾ ਕਿ ਸਰਦਾਰ ਸਾਹਿਬ ਦੇ ਕਹਿ ਰਹੇ ਰਿਸ਼ਤਾ ਕਰਕੇ ਮੈਨੂੰ ਖੁਸ਼ੀ ਹੋ ਰਹੀ ਹੈ ਅੱਜ ਕੱਲ੍ਹ ਇਹੋ ਜਿਹੇ ਜ਼ਮੀਨ ਜਾਇਦਾਦ ਵਾਲੇ ਰਿਸ਼ਤੇ ਮਿਲਦੇ ਕਿੱਥੇ ਨੇ ਇਹ ਉਹ ਚਿੱਠੀ ਹੈ ਜਿਹੜੀ ਮੇਰੇ ਵੀਰ ਨੇ ਆਪਣੀ ਹੋਣ ਵਾਲੀ ਭਾਬੀ ਕਾਟੋ ਨੂੰ ਲਿਖੀ ਹੈ ਤੇ ਮੇਰੇ ਹੱਥ ਲੱਗ ਗਈ ਆਪਾਂ ਪੜ੍ਹ ਦਿੰਦੇ ਹਾਂ ਨਲਕੇ ਤੇ ਖੜੀ ਮੋਢੇ ਤੇ ਪਰਨਾ ਨਲਕੇ ਤੇ ਖੜੀ ਮੋਢੇ ਤੇ ਪਰਨਾ ਸਾਰੇ ਕੰਮ ਛੋੜ ਕੇ ਲੈਟਰ ਮੇਰਾ ਪੜ੍ਹਨ ਆਇਆ ਹੈ ਦੇਖ ਲਓ ਕਾਟੋ ਕਾਤੋਂ ਇਹ ਜੱਗ ਚੰਦਰਾ ਸਾਡਾ ਵੈਰੀ ਹੋ ਗਿਆ ਤੂੰ ਪਿਆਰ ਮੇਰਾ ਸੀ ਤੇ ਤੈਨੂੰ ਮੰਗ ਮੇਰੇ ਵੱਡੇ ਭਾਈ ਨਾਲ ਦਿੱਤਾ ਅੱਛਾ ਕਾਟੋ ਕਾਤੋਂ ਅਸੀਂ ਇਸ ਦੁਨੀਆ ਦੇ ਫੈਸਲੇ ਨੂੰ ਆਖਰੀ ਮੰਨ ਲਿਆ ਮੈਂ ਤੈਨੂੰ ਆਪਣੇ ਦਿਲ ਦੀ ਬਣਾਉਣਾ ਚਾਹੁੰਦਾ ਸੀ ਚਾਬੀ ਨਾ ਕਿ ਵੱਡੀ ਭਾਬੀ ਬੱਲੇ ਕਾਲੇ ਗੱਲਬਾਤ ਆ ਤੇਰਾ ਜੋ ਕਿਆ ਲਿਖਦਾ ਬਸ ਕਾਟੋ ਕਾਤੋਂ ਮੇਰੇ ਨਾਲ ਪਾਣਾ ਵਰਤਿਆ ਤੂੰ ਮੇਰੇ ਨਾਮ ਦੀ ਲਾਉਣੀ ਸੀ ਮਹਿੰਦੀ ਤੇ ਮੈਂ ਤੇਰੇ ਨਾਮ ਦਾ ਬਟਣਾ ਤੇਰੇ ਨਾਂ ਤੇ ਪੈਣੀ ਸੀ ਬੋਲੀਆਂ ਤੇ ਮੈਂ ਸੀ ਨੱਚਣਾ ਤੇ ਮੈਂ ਸੀ ਨੱਚਣਾ ਸੀ ਅੱਛਾ ਹੁਣ ਸੀ ਹੋ ਗਿਆ ਗੱਲ ਸੁਣ ਓਏ ਉਦੋਂ ਮੰਗਣੀ ਵੇਲੇ ਤਾਂ ਬੜਾ ਮੂਹਰੇ ਉਹ ਭੰਗੜੇ ਪਾਉਂਦਾ ਸੀ ਉਦੋਂ ਨੀ ਸੀ ਪਤਾ ਇਹਦਾ ਵਿਆਹ ਵੀ ਹੋਣਾ ਉਹਦੇ ਜੀ ਭੁਲੇਖ ਜੀ ਪੈ ਪੁਗਿਆ ਜੀ ਅੱਗੇ ਪੜ ਕਾਟੋ ਕਾਟੋ ਪਰ ਹੁਣ ਵਿਆਹ ਮੇਰੇ ਵੀਰ ਦਾ ਹੋ ਰਿਹਾ ਤੇ ਮੈਂ ਗਾਣਾ ਵੀ ਨਹੀਂ ਗਾ ਸਕਦਾ ਉਹ ਗਾਣਾ ਉਹ ਵੀਰ ਜੀ ਬਿਆਉਣ ਚੱਲੇ ਆ ਉਹ ਬੱਲੇ ਉਹ ਬੱਲੇ ਉਹ ਵੀਰ ਜੀ ਚਿੱਠੀ ਪੜ ਕਾਟੋ ਕਾਤੋਂ ਅਸੀਂ ਹਾਰ ਮੰਨ ਲਈ ਇਹ ਚਿੱਠੀ ਮਿਲਦਿਆਂ ਹੀ ਕੁਛ ਪੈਸੇ ਤੇ ਗਹਿਣੇ ਲੈ ਕੇ ਉੱਚੇ ਪੁਲ ਦੇ ਥੱਲੇ ਮਿਲ ਨਹੀਂ ਤਾਂ ਮੈਂ 5.5 ਰੁਪਏ ਦੀਆਂ ਸਲਫਾਸ ਦੀਆਂ ਗੋਲੀਆਂ ਖਾ ਕੇ ਚੂਹੇ ਦੀ ਮੌਤ ਮਰ ਜਾਵਾਂਗਾ ਕਾਟੋ ਤੂੰ ਕਿਸੇ ਦੀ ਕੋਈ ਗੱਲ ਨਹੀਂ ਮੰਨਣੀ ਜੇ ਤੈਨੂੰ ਕੋਈ ਪੁੱਛੇ ਤੂੰ ਕਾਤੋਂ ਕਾਲੇ ਨਾਲ ਭੱਜ ਰਹੀ ਹੈ ਕਾਟੋ ਕਾਤੋਂ ਕਾਟੋ ਕਾਤੋਂ ਕਾਤੋਂ ਕਾਟੋ ਕਾਟੋ ਕਾਤੋਂ ਨਹੀਂ ਨਹੀਂ ਬਾਪੂ ਜੀ ਰੱਬ ਦੀ ਸੌਣ ਲੱਗੇ ਮੈਨੂੰ ਇਹ ਚਿੱਠੀ ਨਾ ਇਹ ਚਿੱਠੀ ਕਾਲੇ ਦਾ ਸਫੇਦ ਝੂਠ ਹੈ ਕਾਟੋ ਡਰ ਗਈ ਬਾਪੂ ਜੀ ਉਹਦੇ ਨਾਲ ਜਦੋਂ ਤਾਂ ਮੈਨੂੰ ਤੂੰ ਡਰਿਆ ਲੱਗਦਾ ਉਹ ਜਿਹਦਾ ਪਿਆਰ ਮੁੱਕਰ ਜੇ ਜੀ ਉਹ ਤੇ ਫਿਰ ਡਰਿਆ ਲੱਗੂਗਾ ਜੀ ਹਾਂ Hello. Hello down there. We are very happy you people could be here. Two families are coming together from different countries to be together forever. I find Roop a very fine young man, and of course my daughter is out of this world. So, let's celebrate and say a prayer for a happy marriage between Julia and Roop. ਤਾੜੀ ਮਾਰੋ ਯਾਰ ਚੁਟਕਲਾ ਸੁਣਾਇਆ ਉਹ ਇੱਕ ਮਿੰਟ ਮੇਰੀ ਗੱਲ ਸੁਣ ਲਓ ਬੇਇੱਜ਼ਤੀ ਨਹੀਂ ਹੋਣੀ ਚਾਹੀਦੀ ਕੋਈ ਵੀ ਬੰਦਾ ਇੱਕ ਜਾਂ ਦੋ ਤੋਂ ਵੱਧ ਬੋਤਲਾਂ ਨਹੀਂ ਪੀਊਗਾ ਠੀਕ ਹੈ ਦੋ ਬੋਤਲਾਂ ਤੋਂ ਵੱਧ ਪੀਣੀ ਵੀ ਨਹੀਂ ਚਾਹੀਦੀ ਪਾਣੀ ਪੂਣੀ ਠੋਕਲੇ ਵਿੱਚ ਤਿੱਖੀ ਹੁੰਦੀ ਆ ਗੋਰਿਆਂ ਵਾਲੀ ਪਾਣੀ ਫੜਾਈ ਕਰਾਂ ਲੈ ਓਏ ਚਾਚਾ ਉਹਨਾਂ ਦੀਆਂ ਜਨਾਨੀਆਂ ਤੇ ਸੁੱਕੀ ਪੀ ਜਾਂਦੀਆਂ ਓਏ ਵਾਈਨ ਵਾ ਇਹਨੂੰ ਸੁੱਕੀ ਪੀਂਦੇ ਹੁੰਦੇ ਸੁੱਕੀ ਪੀਂਦੀਆਂ ਸਾਡੀ ਤਾਂ ਬੇਇੱਜ਼ਤੀ ਹੋ ਗਈ ਫਿਰ ਆਪਾਂ ਕਾਲੇ ਦੀ ਗੱਲ ਥੱਲੇ ਨਹੀਂ ਲੱਗਣ ਦੇਣੀ ਐਂ ਚੱਕੋ ਚੱਕੋ ਜੇ ਗੱਲ ਤਾਂ ਚੱਕ ਲੈਂਦੇ ਫਿਰ ਉਹ ਚਾਚਾ ਉਹ ਨਹੀਂ ਆ ਚੱਕੋ ਅੱਛਾ ਉਹ ਬੋਤਲ ਲਿਖੋ ਖਾਈ ਪੀਆਂ ਇੱਕ ਮਿੰਟ ਬਸ ਹੁਣ ਦੇਖੋ ਜੱਟ ਅੰਗਰੇਜ਼ੀ ਚ ਇਹਨਾਂ ਦਾ ਥੈਂਕ ਯੂ ਗੁਰੂ ਅੰਗਰੇਜ਼ੀ ਚ ਜੱਟ ਦੇਖੋ ਇੱਧਰ ਹੁਣ ਚੁੱਪ ਕਰਦਾ ਜੱਟ ਅੰਗਰੇਜ਼ੀ ਚ
ਥੈਂਕ ਯੂ ਜੀ ਓ ਮਾਨ ਸਾਹਿਬ ਲੈ ਆਪ ਜਬ ਹਮਾਰੇ ਪਿੰਡ ਆਏ ਥੇ ਤੋ ਹਮਨੇ ਪ੍ਰਾਹੁਣਾਦਾਰੀ ਵਾਲੇ ਭੁਮੱਕੜ ਕਾਢ ਦਿਏ ਥੇ ਔਰ ਹਮ ਯਹਾਂ ਆਏ ਹੈ ਤੋ ਇਹੀ ਉਮੀਦ ਰੱਖਤੀ ਹੈ ਸਾਰੀ ਬਰਾਤ ਕਿ ਆਪ ਵੀ ਪ੍ਰਾਹੁਣਾਦਾਰੀ ਵਾਲੇ ਪੂਰੇ ਚਿੱਪ ਕੱਢੋਗੇ What's he saying? ਤੇ ਬਾਕੀ ਮੈਂ ਤੋ ਤੁਹਾਡਾ ਥੈਂਕ ਯੂ ਕਰਨਾ ਥਾ ਜੱਟੋ ਸਵਾਦ ਲਿਆਤਾ ਦਾਰੂ ਹੋਰ ਮਗਾ ਲਓ ਬਸ ਥੈਂਕ ਯੂ Maybe we should bring the food. Fellas, the food, food. We're going to bring the food. Oh, roti on lagi roti. Acha? Roti. ਬੱਕਰਾ ਬੁਕਰਾ ਵੱਢਿਆ ਜਾ ਆਲੂ ਹੀ ਮਾਰਨਗੇ ਮੱਥੇ ਮਿੱਸੀ ਵਾਲ ਮਿੱਸੀ ਸਤਿ ਸ੍ਰੀ ਅਕਾਲ ਜੀ ਉਹ ਸਭ ਵੱਡੀ ਵੱਡੀ ਮੱਛੀ ਉਹ ਤਾਂ ਸਾਡੇ ਪਰੌਣੇ ਨਾਲੋਂ ਵੀ ਵੱਡੀ ਲੱਗਦੀ ਹੈ ਇਹਦੇ ਤਾਂ ਪੁੱਛੋ ਵਾਲੇ ਦੇ ਉੱਤੇ ਮਸਾਲੇ ਭੁੱਕ ਲੈਂਦੇ ਆਪਾਂ ਉਹ ਇੱਥੇ ਵੀ ਵੇਚਦੀ ਪਹਿਲਾਂ ਹਿਸਾਬ ਲਾ ਵੀ ਇਹਨੂੰ ਪਸੰਦ ਨੀ ਇਹਨੂੰ ਖਾਣਾ ਕਿਵੇਂ ਹੈ ਤੂੰ ਇਹਨੂੰ ਧੋਣ ਤੋਂ ਨੱਪ ਮੇਰੀ ਪੂਛ ਖਿੱਚਦਾ ਮੇਰੇ ਦੁਬਾਰੇ ਆਟੇ ਡੁੱਲਿਆ ਆਟੇ ਡੁੱਲਿਆ Jeez. Are you sure you want to get married and have this family? Come on, come on. Stop it. Just stop it. Shut up. Shut up. Hello? Julia ji, is route diyan sariyan line ajj hi mangiyan gayan. Please, dear ji, is tarah na kaho. Punjabi? Hain? Oh, inne gurmukhi ch emme kiti a? Main sikhai a. Tu jhooth bol ke Canada mainu isliye bhejya si na goreyan nu Punjabi sikhauni a. ਸਿਖਾਤੀ ਉਹ ਅੱਛਾ ਜੂਲੀਆ ਜੀ ਫੇਰ ਦੁਹਰਾ ਰਿਆਂ ਇਹ ਵਿਆਹ ਨਹੀਂ ਹੋ ਸਕਦਾ ਇਸ ਤਰ੍ਹਾਂ ਨਾ ਕਹੋ ਡੀਓ ਜੀ ਹੈਲਪ ਅਸ ਪਲੀਜ਼ ਆਪਣੇ ਬੁੜੇ ਨੂੰ ਸਮਝਾਓ ਬੁੜਾ ਉਹ ਤੂੰ ਸਿੱਧੀ ਬਠਿੰਡੇ ਵਾਲੀ ਸਿਖਾ ਆਇਆ ਦਾਦਾ ਨਹੀਂ ਸਿਖਾ ਸਕਦਾ ਦਾਦੇ ਨੂੰ ਡਾ ਡਾ ਕਰੀ ਜਾਂਦੀ ਸੀ ਬੁੜਾ ਸੌਖਾ ਸਿੱਖ ਗਈ ਉਹ ਤੁਹਾਡਾ ਦਾਦਾ ਤਾਂ ਹੈ ਹੀ ਇੰਨਾ ਔਖਾ ਅੱਜ ਤਾਈ ਸਾਤੋਂ ਨਹੀਂ ਸਿੱਖਿਆ ਗਿਆ ਉਹ ਇੱਕ ਮਿੰਟ ਯਾਰ ਉਹ ਜੂਲੀਆ ਜੀ ਮੇਰੀ ਗੱਲ ਮੰਨੋ ਕੋਈ ਹੋਰ ਮੁੰਡਾ ਲੱਭ ਲਓ ਮੇਰੀ ਗੱਲ ਕਰ ਲੈਂਦਾ ਕਾਲੇ ਗੱਲ ਸੁਣ ਦੇਖ ਆਪਣਾ ਰੂਪ ਆਇਆ ਬਾਹਰੋਂ ਉਹਨੂੰ ਕਹਿ ਕੇ ਕਿਵੇਂ ਨਾ ਕਿਵੇਂ ਇੱਕ ਤੇਰੇ ਲਈ ਇੱਕ ਮੇਰੇ ਲਈ ਗੋਰੀ ਸੈੱਟ ਕਰਾ ਉਹ ਹੈਲੋ ਉਹ ਜੀਜਾ ਤੂੰ ਮੇਰਾ ਆਪਣਾ ਰਿਸ਼ਤਾ ਵੇਖ ਤੇ ਆਪਣੀਆਂ ਡਿਮਾਂਡਾਂ ਵੇਖ ਉਹ ਤੂੰ ਇਹ ਸਾਲਾ ਬਣੀ ਜਾਂਦਾ ਮੈਂ ਕਦੇ ਸਮਝਿਆ ਤੂੰ ਮੇਰਾ ਭਰਾ ਹੈ ਬੱਲੀ ਉਹ ਗੱਲ ਨਾ ਕੱਢ ਸਾਲਾ ਤੇ ਸਾਲਾ ਕਹਿ ਭਰਾ ਕੀ ਹੁੰਦਾ ਓਏ ਓਏ ਓ ਮੈਨੂੰ ਓਏ ਕਿਹਾ ਤੂੰ ਉਸਦੇ ਪ੍ਰਤਾਪ ਸਿੰਘ ਨੂੰ ਉਹ ਜੇ ਭੈਣ ਨੀ ਸੋਹਣੀ ਦਿੱਤੀ ਇੱਜ਼ਤ ਸੋਹਣੀ ਦਿਓ ਉਹ ਹੈਲੋ ਕੀ ਹੋਇਆ ਥੋੜੀ ਜੀ ਭਾਰੀ ਆ ਵਿਚਾਰੀ ਸਾਡੀ ਭੈਣ ਵਰਗੀ ਭੈਣ ਨਹੀਂ ਹੈਗੀ ਕਿਸੇ ਦੀ ਉਹ ਭੈਣਾ ਮੇਰੇ ਘਰੇ ਵੀ ਚਾਰ ਨੇ ਮੈਨੂੰ ਭੈਣ ਨੀ ਘਰ ਵਾਲੀ ਚਾਹੀਦੀ ਸੀ ਕੀ ਦੀਆਂ ਜਲੀਨਾ ਜੋਲੀ ਚੁੱਕ ਕੇ ਲਿਆਦਾ ਤੈਨੂੰ ਜਿਹਦੀ ਮਰਜ਼ੀ ਲਿਆ ਦੇ ਓਏ ਹੈਲੋ ਹਾਂ ਰੂਪ ਬੁਲਾਉਂਦਾ ਚਲੋ ਕੱਲੇ ਨੂੰ ਬੁਲਾਉਂਦਾ ਕੱਲਾ ਕੱਲਾ ਨਹੀਂ ਮੈਂ ਜਾਂਦਾ ਨਾ ਇਹਨੂੰ ਕੱਲੇ ਨੂੰ ਬੁਲਾਉਂਦਾ ਅੱਛਾ ਇਹਨੂੰ ਇਹਦਾ ਮਤਲਬ ਹੁਣ ਉਦੇ ਪ੍ਰਤਾਪ ਸਿੰਘ ਕਰਕੇ ਵੱਡੇ ਬੰਦੇ ਹੁਣ ਇੱਥੇ ਕੱਲੇ ਬੈਠਣਗੇ ਹੈ ਉਹ ਕਾਦਾ ਉਦੇ ਪ੍ਰਤਾਪ ਸਿੰਘ ਓਏ ਕੱਦ ਨਾਲੋਂ ਵੀ 2 ਫੁੱਟ ਉੱਚਾ ਤੂੰ ਨਾ ਰੱਖੀ ਫਿਰਦਾ ਲੋਕ ਤਾਂ ਕੈਂਚੀ ਸਾਈਕਲ ਚਲਾਉਂਦੇ ਨੇ ਇਹ ਕੈਂਚੀ ਸਕੂਟਰ ਖਿੱਚੀ ਫਿਰਦਾ ਮੈਂ ਤੇਰੇ ਗੋਲੀ ਮਾਰ ਦੇਣੀ ਹੈ ਮਾਨ ਸਾਹਿਬ ਜਾਂ ਗੋਲੀਓ ਮਾਰ ਲੈ ਜਾਂ ਸਾਹਿਬ ਕਹਿ ਲੈ ਚਲ ਓਏ ਮੈਂ ਤਾਂ ਸਾਹਿਬ ਹੀ ਕਹੂੰਗਾ ਓਏ ਜਾਂ ਕਰ ਲੈ ਜਿਹੜਾ ਕੁਝ ਕਰਨਾ ਸਾਹਿਬ 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 ਲੈ ਵੀ ਮਾਨਾ ਸਾਰੇ ਸ਼ੀਸ਼ੇ ਫਿਰ ਕਾ ਫਿਰ ਡਰਾਈਵੇ ਅੱਜ ਤੂੰ ਹੀ ਹਿਸਾਬ ਕਰਨਾ ਲੱਗ ਜਾ ਮੇਰਾ ਵੀਰ ਕੰਮ ਤੇ ਹੈਲੋ ਇੰਨਾ ਕੰਮ ਇਹ ਤਾਂ ਕੁਛ ਵੀ ਨਹੀਂ ਬਾਈ ਇੱਥੇ ਤਾਂ ਇੰਨਾ ਕੰਮ ਕਰਨਾ ਪੈਂਦਾ ਵੀ ਕੰਮ ਕਰਦੇ ਕਰਦੇ ਬੰਦੇ ਨੂੰ ਐਂ ਲੱਗਦਾ ਮੈਂ ਗੋਰਾ ਹੋ ਗਿਆ ਗੋਰਾ ਨਹੀਂ ਹੋਇਆ ਹੁੰਦਾ ਧੋਲੇ ਆ ਗਏ ਹੁੰਦੇ ਆ ਹੈ ਲੱਗ ਜਾ ਮੇਰਾ ਵੀਰ ਕੰਮ ਤੇ ਚਲੋ ਇੰਨਾ ਕੰਮ ਮਾਨ ਸਾਹਿਬ ਕਰਨਗੇ
करना ही पैना है, इत्थे कड़ा कोई देखदा। चलो हुण करना किवें है? अच्छा अच्छा आ तां समझ गया मैं। लै भी माना माल है यार, ऐ जा शीशा साढ़े पिंडों दा लोकां ने मत्थे टेक टेक के कमले हो जाना सी। मैं नहीं रहना यार ऐ जा, इत्थे बंदे तां की शीशे नहीं नेड़े लगन दिंदे। मान साहब इज्जत नाल दोबारे वापस ब्याह दे विच ही चलो।